ਬਜਨ ਸਹਾਇਤਾ 118 ਉਹਦੀ 8 ਆਇਤ ਜ਼ਬੂਰ 118 ਦੇ 8 ਯਹੋਵਾ ਕੀ ਸ਼ਰਨ ਲੈਣੀ ਨੁਸ਼ਿਓ ਪਰ ਭਰੋਸਾ ਰੱਖਣੇ ਸੇ ਉਤਮ ਹੈ ਹਾਲੇਲੂਇਆ ਹਾਲੇਲੂਇਆ ਯਹੋਵਾ ਕੀ ਸ਼ਰਨ ਲੈਣੀ ਮਨੁਸ਼ਿਓ ਪਰ ਭਰੋਸਾ ਰੱਖਣੇ ਸੇ ਉਤਮ ਹੈ ਪੰਜਾਬੀ ਚ ਹੈ ਕਿਸੇ ਕੋ ਉਹ ਪੰਜਾਬੀ ਦੇ ਵਿੱਚ ਜਲਦੀ ਜਲਦੀ ਆਪਾਂ ਮਨੁੱਖੀ ਉੱਤੇ ਭਰੋਸਾ ਰੱਖਣ ਨਾਲੋਂ ਯਹੋਵਾ ਦੀ ਸ਼ਰਨ ਲੈਣਾ ਬਲਾ ਹਾਂਜੀ ਮਨੁੱਖ ਦੇ ਉੱਤੇ ਭਰੋਸਾ ਰੱਖਣ ਦੇ ਨਾਲੋਂ ਯਹੋਵਾ ਦੀ ਸ਼ਰਨ ਖੁਦਾ ਦੀ ਸ਼ਰਨ ਲੈਣੀ ਜਿਹੜੀ ਉਹ ਕੀ ਹੈ ਬਲਾ ਬਲਾ ਹੈ ਉੱਤਮ ਹੈ ਹਾਲੇਲੂਇਆ ਅੱਜ ਥੋੜੀ ਦੇਰ ਅਸੀਂ ਇਸੇ ਚੀਜ਼ ਤੇ ਸਿੱਖਾਂਗੇ ਕਿ ਜਹਾਨ ਦੇ ਵਿੱਚ ਅਗਰ ਅਸੀਂ ਗੌਰ ਕਰੀਏ ਤੇ ਲੋਕਾਂ ਦਾ ਭਰੋਸਾ ਮਨੁੱਖਾਂ ਦੇ ਉੱਤੇ ਜ਼ਿਆਦਾ ਹੈ ਤੇ ਪਰਮੇਸ਼ਰ ਦੇ ਉੱਤੇ ਉਹਦੀ ਵਜ੍ਹਾ ਇਹ ਆ ਵੀ ਮਨੁੱਖਾਂ ਨੂੰ ਤੇ ਉਹ ਦੇਖਦੇ ਆ ਕਿ ਨੇ ਪਰਮੇਸ਼ਰ ਨੂੰ ਕਹਿੰਨੇ ਕਦੀ ਦੇਖਿਆ ਹੈਗਾ ਵੀ ਆ ਕਿ ਨਹੀਂ ਕਈਆਂ ਦੇ ਮਨ ਦੇ ਵਿੱਚ ਤੇ ਵਿਚਾਰਿਆਂ ਦੇ ਇਹ ਅਜੇ ਤੱਕ ਡਾਟ ਬਣਿਆ ਹੋਇਆ ਵੀ ਪਰਮੇਸ਼ਰ ਹੈਗਾ ਵੀ ਆ ਕਿ ਨਹੀਂ ਨਹੀਂ ਹੈਗਾ ਲੇਕਿਨ ਬਚਨ ਦੱਸਦਾ ਆ ਵੀ ਸ੍ਰਿਸ਼ਟੀ ਉਹਦੀ ਹੋਣਦ ਦੇ ਬਾਰੇ ਚ ਬਿਆਨ ਕਰਦੀ ਆ ਵੀ ਕੋਈ ਇਹਦੇ ਬਣਾਉਣ ਵਾਲਾ ਹੈਗਾ ਹੈਲੂਇਆ ਸ੍ਰਿਸ਼ਟੀ ਚੀਕ ਚੀਕ ਕੇ ਗਵਾਇ ਦਿੰਦੀ ਆ ਵੀ ਇਹਦਾ ਕੋਈ ਰਚਨਾਹਾਰ ਹੈਗਾ ਆ ਕਿਉਂਕਿ ਜੋ ਕੁਝ ਅਸੀਂ ਦੇਖਦੇ ਹਾਂ ਸਿਸਟਮ ਵਿੱਚ ਇਹ ਆਪਣੇ ਆਪ ਬਣ ਸਕਦਾ ਨਹੀਂ ਨਹੀਂ ਹੈ ਗ੍ਰਹਿਾਂ ਦੀਆਂ ਜਿਹੜੀਆਂ ਗਤੀਆਂ ਉਹ ਆਪਣੇ ਆਪ ਕਦੇ ਵੀ ਬਣ ਸਕਦੀਆਂ ਨਹੀਂ ਉਹਨਾਂ ਨੂੰ ਕਿੰਨਾ ਨੇ ਸਮਝ ਦਿੱਤੀ ਵੀ ਤੁਸੀਂ ਇਸ ਇਸ ਤਰ੍ਹਾਂ ਆਪਣੇ ਚੱਕਰ ਜਿਹੜੇ ਪੂਰੇ ਕਰਨੇ ਆਦਮਤ ਕੋਈ ਉਹਨੂੰ ਚਲਾ ਰਿਹਾ ਆ ਕਿਸੇ ਦੇ ਕੰਟਰੋਲ ਦੇ ਵਿੱਚ ਆ ਜੇ ਕੰਟਰੋਲ ਦੇ ਵਿੱਚ ਨਾ ਹੁੰਦੇ ਤਾਂ ਐਕਸੀਡੈਂਟ ਵੀ ਹੋ ਜਾਣੇ ਸੀ ਪਰ ਅੱਜ ਤੱਕ ਸੁਣਿਆ ਨਹੀਂ ਗਿਆ ਵੀ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਹੋਣੇ ਵੀ ਆ ਜਦੋਂ ਦੀ ਇੱਛਾ ਹੋਵੇਗੀ ਸੋ ਵਚਨ ਦੱਸਦਾ ਵੀ ਮਨੁੱਖ ਦੇ ਉੱਤੇ ਭਰੋਸਾ ਰੱਖਣ ਦੇ ਨਾਲੋਂ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਉਣਾ ਉੱਤਮ ਹੈ। ਹੁਣ ਇਨਸਾਨ ਇਹ ਸੋਚਦਾ ਵੀ ਪਰਮੇਸ਼ਵਰ ਹੈਗਾ ਵੀ ਆ ਕਿ ਨਹੀਂ ਜੇ ਦੀ ਮੈਂ ਸ਼ਰਨ ਵਿੱਚ ਜਾਣਾ ਆ ਉਹ ਵਫਾਦਾਰ ਵੀ ਹੈ ਕਿ ਨਹੀਂ ਉਹ ਸੁਣਦਾ ਵੀ ਹੈ ਕਿ ਨਹੀਂ ਪਤਾ ਨਹੀਂ ਉਹ ਹੈਗਾ ਵੀ ਹੈ ਜਾਂ ਕਿ ਇੱਕ ਪਰਮੇ ਆ ਅੱਜ ਅਸੀਂ ਇਸੇ ਚੀਜ਼ ਦੇ ਉੱਤੇ ਥੋੜਾ ਵਿਚਾਰ ਕਰਾਂਗੇ। ਸਭ ਤੋਂ ਪਹਿਲੇ ਇਸ ਬੰਤ ਪਰ ਵਿਚਾਰ ਕਰਾਂਗੇ ਕਿ ਇਹ ਵਚਨ ਹਮੇ ਕਿਉਂ ਦਿਆ ਗਿਆ ਹੈ। ਹallelujah। ਹallelujah। ਕਿਉਂਕਿ ਵਚਨ ਕੀ ਕੋਈ ਵੀ ਆਇਤ ਬਿਨਾ ਮਕਸਦ ਕੇ ਨਹੀਂ ਹੈ ਇਸ ਲਈ ਅਸੀਂ ਇਹ ਧਿਆਨ ਰੱਖਣਾ ਹੈ ਕਿ ਜੋ ਵੀ ਲਿਖਿਆ ਗਿਆ ਹੈ ਉਹ ਸਾਡੀ ਭਲਾਈ ਦੇ ਵਾਸਤੇ ਹੈ ਸਾਡੀ ਬਿਹਤਰੀ ਦੇ ਲਈ ਹੈ ਸਾਡੀ ਨਜਾਤ ਦੇ ਨਾਲ ਉਹਦਾ ਸੰਬੰਧ ਹੈ ਖੁਦਾ ਕਿਉਂ ਚਾਹਤਾ ਹੈ ਕਿ ਹਮ ਉਸकी शरण लें ਸਵਾਲ ਕੀ ਹੈ ਭਲਾ ਖੁਦਾ ਇਹ ਕਿਉਂ ਚਾਹੁੰਦਾ ਵੀ ਅਸੀਂ ਉਹਦੀ ਸ਼ਰਨ ਲਈਏ ਕੀ ਖੁਦਾ ਸਾਡੇ ਉੱਤੇ ਕੋਈ احਸਾਨ ਕਰਨਾ ਚਾਹੁੰਦਾ ਹੈ ਕੀ ਸਾਡਾ ਉਹਦੀ ਸ਼ਰਨ ਵਿੱਚ ਜਾਣਾ ਉਹਦੇ ਲਈ ਕੋਈ ਲਾਭਦਾਇਕ ਆ ਜਾਂ ਕਿ ਉਹਦੀ ਸ਼ਰਨ 'ਚ ਜਾਣਾ ਸਾਡੇ ਲਈ ਹੀ ਫਾਇਦੇਮੰਦ ਹੈ ਪਰਮੇਸ਼ਵਰ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਪਰਮੇਸ਼ਵਰ ਨਾ ਤੇ ਉਦਾਸ ਹੀ ਹੈ ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਉਹ ਸੀ ਤੇ ਜਦੋਂ ਕੁਝ ਵੀ ਨਹੀਂ ਹੋਵੇਗਾ ਉਦੋਂ ਵੀ ਉਹ ਹੋਵੇਗਾ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਦਾ ਸਿਸਟਮ ਚੱਲਦਾ ਆ ਰਿਹਾ ਸਾਡੇ ਤੋਂ ਬਿਨਾਂ ਵੀ ਚੱਲ ਸਕਦਾ ਹੈ ਲੇਕਿਨ ਅਸੀਂ ਪਰਮੇਸ਼ਵਰ ਤੋਂ ਬਿਨਾਂ ਚੱਲ ਸਕਦੇ ਨਹੀਂ ਸਾਡੇ ਲਈ ਪਰਮੇਸ਼ਵਰ ਤੋਂ ਬਿਨਾਂ ਚੱਲਣਾ ਬਹੁਤ ਮੁਸ਼ਕਲ ਹੈ ਇਸ ਲਈ ਬਚਨ ਵਿੱਚ ਲਿਖਿਆ ਤੁਸੀਂ ਮੇਰੇ ਤੋਂ ਵੱਖ ਹੋ ਕੇ ਕੁਝ ਵੀ ਨਹੀਂ ਕਰ ਸਕਦੇ ਮੇਰੇ ਤੋਂ ਅਲੱਗ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਜਦੋਂ ਅਸੀਂ ਉਸ ਤੋਂ ਵੱਖ ਹੋ ਕੇ ਕੁਝ ਨਹੀਂ ਕਰ ਸਕਦੇ ਫਿਰ ਸਾਡੇ ਲਈ ਭਲੀ ਗੱਲ ਇਹ ਹੈ ਇਹ ਲਿਖਿਆ ਨਾ ਉੱਤਮ ਹੈ ਹਾਂਜੀ ਉਹਦੀ ਸ਼ਰਨ ਦੇ ਵਿੱਚ ਆਉਣਾ ਕੀ ਹੈ ਭਲਾ ਉੱਤਮ ਹੈ ਉੱਤਮ ਹੈ ਤੇ ਜਦੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਉਹਦੀ ਸ਼ਰਨ 'ਚ ਆਉਣਾ ਹੀ ਸਾਡੇ ਲਈ ਉੱਤਮ ਹੈ ਤੇ ਫਿਰ ਕਿਉਂ ਨਾ ਸੀ ਇਹ ਫੈਸਲਾ ਲਈਏ ਵੀ ਅਸੀਂ ਉਹਦੀ ਸ਼ਰਨ ਦੇ ਵਿੱਚ ਜਾਈਏ ਜੇ ਦੀ ਸ਼ਰਨ ਦੇ ਵਿੱਚ ਅਸੀਂ ਜਾਣਾ ਆ ਉਹਦੀਆਂ ਕੁਝ ਖੂਬੀਆਂ ਨੂੰ ਅਸੀਂ ਪਹਿਲਾਂ ਦੇਖ ਲੈਣੇ ਆ ਕਿਉਂਕਿ ਜਿਹਦੇ ਕੋਲ ਜਾਣ ਦੇ ਲਈ ਵਚਨ ਸਾਨੂੰ ਦੱਸਦਾ ਆ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਉਹਦੇ ਵਿੱਚ ਤੇ ਇਨਸਾਨ ਦੇ ਵਿੱਚ ਫਰਕ ਕੀ ਆ ਸੁਪੜਾਂਗੇ ਮਲਾਕੀ ਦੀ ਕਿਤਾਬ ਦਾ ਤਿੰਨ ਅਧਾਇ ਉਹਦੀ 6 ਆਇਤ ਮਲਾਕੀ ਦੀ ਕਿਤਾਬ 3 ਅਧਿਆਏ ਉਦਸ਼ੇ ਆਇਤ ਅਸੀਂ ਪੜ੍ਹਦੇ ਹਾਂ ਕਿਉਂਕਿ ਮੈਂ ਯਹੋਵਾ ਬਦਲਦਾ ਨਹੀਂ ਮਨੁੱਖਾਂ ਦੇ ਉੱਤੇ ਭਰੋਸਾ ਰੱਖਣ ਦੇ ਨਾਲੋਂ ਪਰਮੇਸ਼ਰ ਦੀ ਛਣ ਵਿੱਚ ਜਾਣਾ ਉੱਤਮ ਹੈ ਕਿਉਂ ਉੱਤਮ ਹੈ ਜਿਸ ਪਰਮੇਸ਼ਰ ਦੀ ਛਣ ਦੇ ਵਿੱਚ ਅਸੀਂ ਜਾਣਾ ਹੈ ਸਭ ਤੋਂ ਪਹਿਲਾਂ ਸਾਨੂੰ ਉਹਦੀ ਕੁਆਲਿਟੀ ਦੇ ਬਾਰੇ ਪਤਾ ਹੋਣਾ ਚਾਹੀਦਾ ਆ ਨੰਬਰ 1 ਕਿ ਉਹ ਕਦੇ ਬਦਲਦਾ ਨਹੀਂ ਆ ਇਨਸਾਨ ਜਿਹੜੇ ਉੱਤੇ ਅਸੀਂ ਭਰੋਸਾ ਰੱਖਦੇ ਹਾਂ ਉਹ ਬਦਲ ਜਾਂਦਾ ਹੈ ਲੇਕਿਨ ਜਿਸ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਜਾਣ ਦੇ ਲਈ ਵਚਨ ਦੱਸਦਾ ਹੈ ਉਹ ਕਦੇ ਵੀ ਬਦਲਦਾ ਨਹੀਂ ਹੈ ਬਦਲਦਾ ਨਹੀਂ ਹੈ ਇਸੇ ਕਾਰਨ ਹੈ ਯਾਕੂਬ ਕੀ ਸੰਤਾਨ ਤੁਮ ਨਾਸ਼ ਨਹੀਂ ਹੋਏ ਜੇ ਤੂੰ ਕਹਿ ਕੇ ਬਦਲਦਾ ਹੁੰਦਾ ਨਾ ਤੇ ਫਿਰ ਜੋ ਕੁਝ ਇਸਰਾਇਲੀਆਂ ਨੇ ਉਹਦੇ ਨਾਲ ਕੀਤਾ ਕਿੱਦਾਂ ਉਹਦੇ ਹੁਕਮਾਂ ਨੂੰ ਤੋੜਿਆ ਤੇ ਕਿੱਦਾਂ ਉਹਨੂੰ ਸਤਾਇਆ ਅਗਰ ਉਹ ਕਹਿ ਕੇ ਬਦਲਣ ਵਾਲਾ ਹੁੰਦਾ ਤੇ ਫਿਰ ਇਸਰਾਇਲੀ ਅੱਜ ਇਸ ਸੰਸਾਰ ਦੇ ਵਿੱਚ ਦਿਖਾਈ ਨਾ ਦਿੰਦੇ ਵਚਨ ਦੱਸਦਾ ਹੈ ਵੀ ਉਹ ਕਹਿ ਕੇ ਬਦਲਦਾ ਨਹੀਂ ਕਿਉਂ ਨਹੀਂ ਬਦਲਦਾ ਕਿਉਂਕਿ ਉਹ ਮਨੁੱਖ ਮਨੁੱਖ ਨਹੀਂ ਹੈ ਮਨੁੱਖ ਬਦਲ ਸਕਦਾ ਹੈ ਲੇਕਿਨ ਪਰਮੇਸ਼ਰ ਆਪਣੇ ਵਾਅਦੇ ਦਾ ਸੱਚਾ ਹੈ ਜਿਹੜਾ ਵਾਅਦਾ ਉਹਨੇ ਅਬਰਾਹਮ ਇਸਹਾਕ ਤੇ ਯਾਕੂਬ ਦੇ ਨਾਲ ਕੀਤਾ ਉਸ ਵਾਅਦੇ ਦੇ ਉੱਤੇ ਉਹ ਅੱਜ ਵੀ ਕਾਇਮ ਹੈ ਇਸ ਲਈ ਵਚਨ ਉਹਨਾਂ ਨੂੰ ਲਿਖਦਾ ਹੈ ਕਿਉਂਕਿ ਮੈਂ ਯਹੋਵਾ ਬਦਲਦਾ ਨਹੀਂ ਇਸੇ ਕਾਰਨ ਹੀ ਯਾਕੂਬ ਦੀ ਸੰਤਾਨ ਤੂੰ ਨਾਸ਼ ਨਹੀਂ ਹੋਏ ਤੁਹਾਡੀ ਸਲਾਮਤੀ ਇਸ ਚੀਜ਼ ਦੀ ਗਵਾਹੀ ਦਿੰਦੀ ਆ ਤੁਹਾਡੀ ਸਲਾਮਤੀ ਇਸ ਚੀਜ਼ ਦਾ ਸਬੂਤ ਆ ਕਿ ਪਰਮੇਸ਼ਰ ਕਹੇ ਕਿ ਮਕਰਦਾ ਜਾਂ ਬਦਲਦਾ ਨਹੀਂ ਹੈ ਇੱਕ ਹੋਰ ਵਚਨ ਇਹਦੇ ਨਾਲ ਪੜ ਲੈਣੇ ਗਿਣਤੀ ਦੀ ਕਿਤਾਬ 23 ਅਧਿਆਏ ਉਹਦੀ 19 ਆਇਤ ਅਸੀਂ ਸਿੱਖ ਰਹੇ ਆ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਜਾਣਾ ਉੱਤਮ ਆ ਕਿਉਂ ਉੱਤਮ ਆ ਉਹ ਅਸੀਂ ਦੇਖ ਰਹੇ ਆ ਵੀ ਜਿਹਦੀ ਸ਼ਰਨ ਚ ਜਾਣਾ ਉਹਦੀ ਕੁਆਲਿਟੀ ਕੀ ਆ ਅਸੀਂ ਕਿਸੇ ਨਾ ਰਿਸ਼ਤਾ ਸਥਾਪਿਤ ਕਰਦੇ ਆ ਸਭ ਕੁਝ ਦੇਖਦੇ ਆ ਪਹਿਲਾਂ ਹਨਾ ਪੁਰਾਣੇ ਸਮਿਆਂ ਦੇ ਵਿੱਚ ਤੇ ਪਿਛਲੇ ਖਾਨਦਾਨ ਤੱਕ ਦਾ ਪਤਾ ਲਾਉਂਦੇ ਸੀ ਵੀ ਜਿਸ ਘਰ ਦੇ ਵਿੱਚ ਅਸੀਂ ਲੜਕਾ ਜਾਂ ਲੜਕੀ ਵਿਆਹਣੇ ਆ ਇਹਨਾਂ ਦੇ ਬੈਕਗ੍ਰਾਉਂਡ ਕੀ ਆ ਮਾਮੇ ਚਾਚੇ ਤਾਏ ਪੂਆ ਫੁੱਫੀਆਂ ਪਿੱਛੇ ਖਾਨਦਾਨ ਕਿਦਾਂ ਦਾ ਚੱਲਦਾ ਆ ਰਿਹਾ ਸੀਗਾ ਉਹ ਸਾਰੇ ਕੁਝ ਦਾ ਪਤਾ ਲਾ ਕੇ ਫਿਰ ਰਿਸ਼ਤਾ ਜਿਹੜਾ ਸੀ ਉਹ ਕਰਦੇ ਸੀਗੇ ਸੋ ਅਸੀਂ ਦੁਨੀਆ ਦੇ ਵਿੱਚ ਕਿਸੇ ਨਾ ਰਿਸ਼ਤਾ ਸਥਾਪਿਤ ਕਰਨ ਦੇ ਲਈ ਉਹਦੀ ਇੰਨੀ ਸ਼ਾਨਵੀਨ ਕਰਦੇ ਆ ਤੇ ਹੁਣ ਅਸੀਂ ਜਿਹੜੇ ਸ਼ਰਨ ਦੇ ਵਿੱਚ ਜਾਣਾ ਆ ਸਾਨੂੰ ਉਹਦੀ ਕੁਆਲਿਟੀ ਬਾਰੇ ਭਲੀ ਭਾਂਤੀ ਪਤਾ ਹੋਣਾ ਚਾਹੀਦਾ ਆ ਤੇ ਜੇ ਪਤਾ ਹੋਵੇਗਾ ਵੀ ਜਿਹਦੀ ਸ਼ਰਨ ਵਿੱਚ ਆਇਆ ਕੌਣ ਆ ਤੇ ਫਿਰ ਸਾਨੂੰ ਉਹਦੀ ਸ਼ਰਨ ਵਿੱਚ ਜਾ ਕੇ ਸੁੱਖ ਪ੍ਰਾਪਤ ਹੋਵੇਗਾ ਅਸੀਂ ਹਮੇਸ਼ਾ ਅਨੰਦਿਤ ਹਮੇਸ਼ਾ ਖੁਸ਼ ਰਵਾਂਗੇ ਸਾਨੂੰ ਪਤਾ ਹੈ ਕਿ ਅਸੀਂ ਕਿਹਦੀ ਸ਼ਰਨ ਦੇ ਵਿੱਚ ਆਏ ਆ ਮਿਸਾਲ ਦੇ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਇਸ ਕੰਟਰੀ ਵਿੱਚ ਆ ਕੇ ਸ਼ਰਨ ਲੈਂਦੇ ਆ ਉਹਨੇ ਦੇ ਤੱਕ ਵਿਚਾਰੇ ਪਰੇਸ਼ਾਨ ਨਹੀਂ ਰਹਿੰਦੇ ਜਿੰਨੀ ਦੇ ਤੱਕ ਸ਼ਰਨ ਅਪਰੂਵਲ ਨਹੀਂ ਹੋ ਜਾਂਦੀ ਤੇ ਜਦੋਂ ਪ੍ਰੂਫ ਮਿਲ ਜਾਂਦੀ ਹੈ ਇੱਕ ਅਜੀਬ ਕਿਸਮ ਦੀ ਸ਼ਾਂਤੀ ਬੰਦੇ ਨੂੰ ਮਿਲਦੀ ਹੈ ਤੇ ਉਹਨੂੰ ਇਹ ਲੱਗਦਾ ਵੀ ਮੇਰਾ ਮਿਸ਼ਨ ਜਿਹੜਾ ਪੂਰਾ ਹੋ ਗਿਆ ਨੰਬਰ 1 ਨੰਬਰ 2 ਨੂੰ ਇਹ ਲੱਗਦਾ ਮੈਂ ਮਹਾਸ਼ਕਤੀ ਜਿਹੜੀ ਦੁਨੀਆ ਦੀ ਹੈ ਉਸ ਦੇਸ਼ ਦਾ ਵਸਨੀਕ ਬਣ ਗਿਆ ਹਾਂ ਇੱਥੇ ਹੁਣ ਮੈਂ ਰਹਿ ਸਕਦਾ ਹਾਂ ਸੋ ਇੰਨਾ ਭਰੋਸਾ ਅਸੀਂ ਰੱਖਦੇ ਆ ਇਸ ਦੁਨੀਆ ਦੇ ਉੱਤੇ ਤੇ ਦੁਨੀਆ ਦੇ ਇਹਨਾਂ ਦੇਸ਼ਾਂ ਦੇ ਉੱਤੇ ਤੇ ਜਦੋਂ ਇਹਨਾਂ ਵਿੱਚ ਕੰਟਰੀ ਵਿੱਚ ਆਏ ਆ ਤੇ ਇਹਨਾਂ ਦੀ ਕੁਝ ਖੂਬੀਆਂ ਨੂੰ ਜਾਣ ਕੇ ਅਸੀਂ ਇੱਥੇ ਆਏ ਆ ਸਾਡੇ ਦੇਸ਼ ਨਾਲ ਦੀ ਕਰੰਸੀ ਜ਼ਬਰਦਸਤ ਹੈ ਇੱਥੇ ਦੇ ਕਾਨੂੰਨ ਵਿਵਸਥਾ ਜ਼ਬਰਦਸਤ ਹੈ ਇੱਥੇ ਇਨਸਾਨ ਦੀ ਕਦਰ ਹੈ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਹੈ ਕੋਈ ਜਾਨਵਰਾਂ ਵਾਂਗ ਬਿਹავ ਕੀਤਾ ਜਾਂਦਾ ਨਹੀਂ ਹੈ ਸੋ ਸਾਰੀਆਂ ਕੁਆਲਿਟੀਆਂ ਦੇਖ ਕੇ ਅਸੀਂ ਨਿਰਣੇ ਲੈਂਦੇ ਆ ਕਿ ਚਲੋ ਉਸ ਜਗ੍ਹਾ ਤੇ ਚੱਲਦੇ ਆ ਜਿੱਥੇ ਦੀਆਂ ਇੰਨੀਆਂ ਤਰੀਫਾਂ ਸੁਣੀ। ਤੇ ਹੁਣ ਅਸੀਂ ਦੇਖਣਾ ਵੀ ਜਿਹੜੇ ਸ਼ਹਿਰ ਵਿੱਚ ਅਸੀਂ ਜਾ ਰਹੇ ਆ ਉਹਦੀਆਂ ਵੀ ਤਰੀਫਾਂ ਉਹਦੇ ਵੀ ਗੁਣਾ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਫਿਰ ਨਜ਼ਾਰਾ ਕੁਝ ਹੋਰ ਹੁੰਦਾ ਕਈ ਲੋਕ ਇੱਥੇ ਆ ਕੇ ਵਿਚਾਰੇ ਪਛਤਾਉਂਦੇ ਆ ਕਹਿੰਦੇ ਨੇ ਇਹਦੇ ਨਾਲ ਤਾਂ ਉੱਥੇ ਠੀਕ ਸੀ ਕੀ ਕਹਿੰਦੇ ਭਲਾ ਇਹਦੇ ਨਾਲ ਸੀ ਉੱਥੇ ਚਾਹੀਦੇ ਉੱਥੇ ਠੀਕ ਸੀ ਜੇ ਉੱਥੇ ਠੀਕ ਸੀ ਫਿਰ ਇੱਥੇ ਕਿ ਲੈਣ ਆਇਆ ਸੀ ਹਾਂ ਬਿਲਕੁਲ ਜੇ ਉੱਥੇ ਠੀਕ ਸੀ ਗਿਆ ਅਗਲੇ ਮੈਂ ਸਵਾਲ ਕਰ ਦੇਣਾ ਵੀ ਭਾਈ ਜੇ ਉੱਥੇ ਇੰਨਾ ਹੀ ਠੀਕ ਸੀਗਾ ਤੇ ਫਿਰ ਇੱਥੇ ਕਿ ਲੈਣ ਆਇਆ ਪਹਿਲੀ ਵਾਰੀ ਜਦੋਂ ਮੇਰੀ ਗਵਾਹੀ ਸੁਣੀ ਨਾ ਇਹ ਭਾਈ ਹੁਣੀ ਆਪ ਹੀ ਗਵਾਹ ਆ ਇਹਨਾਂ ਨਾਲ ਇੱਕ ਹੋਰ ਇੱਥੇ ਇੱਕ ਵਿਵਾਦੀ ਜਿਹਾ ਮੁੰਡਾ ਤੇ ਜਦੋਂ ਮੈਂ ਆਪਣੀ ਟੈਸਟਮੈਂਟ ਸ਼ੇਅਰ ਕੀਤੀ ਤੇ ਇਹਨਾਂ ਨੇ ਸੁਣੀ ਉਕੇੰਦਾ ਐ ਮੈਂ ਗੋਪਾ ਮਾਰਨ ਡਿਆ ਜੇ ਇਦਾਂ ਦੀ ਗੱਲਬਾਤ ਹੁੰਦੀ ਤਾਂ ਇੱਥੇ ਕਹਿੰਦਾ ਛੋਲੇ ਲੈਣਾ ਆ ਹਾਂ ਬਿਲਕੁਲ ਇਦਾਂ ਕਿਹਾ ਫਿਰ ਇਹਨੇ ਇੱਥੇ ਹੁੰਦੀ ਜ਼ਰੂਰਤ ਕੀ ਸੀ ਇਹ ਕਹਿੰਦਾ 5 5 10 10000 ਰੁਪਏ ਲੱਖ ਰੁਪਏ ਤਾਂ ਮੈਂ ਮਹੀਨੇ ਦਾ ਦਾ ਨਹੀਂ ਕਰ ਦਿੰਦਾ ਸੀਗਾ ਤੇ ਇੰਨੇ ਕਿਥੇ ਨੇ ਕਮਾਉਣੇ ਐ ਤੇ ਫਿਰ ਇੱਥੇ ਕੀ ਲੈਣਾ ਆ ਹਾਂ ਸੋ ਕਈ ਤਰ੍ਹਾਂ ਦੇ ਸਵਾਲ ਜਿਹੜੇ ਫਿਰ ਖੜੇ ਹੋ ਜਾਂਦੇ ਹਨਾ ਕਈ ਇੱਥੇ ਆ ਕੇ ਪਛਤਾਉਂਦੇ ਆ ਤੇ ਕਈ ਇੱਥੇ ਆ ਕੇ ਕਹਿੰਦੇ ਆ ਵੀ ਸਾਨੂੰ ਏਦਾਂ ਮਹਿਸੂਸ ਹੋਇਆ ਜਿਦਾਂ ਅਸੀਂ ਨਰਕ ਚੋਂ ਨਿਕਲ ਕੇ ਤੇ ਸਵਰਗ ਦੇ ਵਿੱਚ ਆ ਗਏ ਹਾਂ। ਸੋ ਫੀਲਿੰਗ ਆਪਣੀਆਂ ਆਪਣੀਆਂ ਕਿੰਨੇ ਕਿੱਦਾਂ ਦੀ ਲੈਣੇ ਹਨਾ। ਉਸੇ ਤਰ੍ਹਾਂ ਪਰਮੇਸ਼ਵਰ ਦੇ ਕੋਲ ਆ ਕੇ ਵੀ ਕਈ ਲੋਕ ਤੇ ਕਹਿੰਦੇ ਆ ਮੈਨੂੰ ਹੁਣ ਮੇਰੀ ਅਸਲੀ ਜਗ੍ਹਾ ਮਿਲ ਗਈ ਹੈ। ਹallelujah। ਮੈਂ ਉੱਥੇ ਪਹੁੰਚ ਗਿਆ ਹਾਂ ਜਿੱਥੇ ਉਹ ਸਕੂਨ ਆ ਜਿਹੜਾ ਕਦੀ ਖੋਇਆ ਜਾ ਸਕਦਾ। ਨਹੀਂ। ਨਹੀਂ ਆ। ਇਹ ਉਹ ਪਰਮੇਸ਼ਵਰ ਜਿਹੜਾ ਕਹਿੰਦਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਇਸ ਤਰ੍ਹਾਂ ਨਹੀਂ ਜਿਵੇਂ ਸੰਸਾਰ ਦਿੰਦਾ ਇਸ ਪਰਮੇਸ਼ਰ ਦੇ ਵਿੱਚ ਕੀ ਫਰਕ ਆ ਜਿਹੜੀ ਸ਼ਰਨ ਦੇ ਵਿੱਚ ਅਸੀਂ ਆਇਆ ਸੰਸਾਰ ਦੀ ਦੇਣ ਵਾਲੀ ਸ਼ਾਂਤੀ ਦੇ ਵਿੱਚ ਤੇ ਪਰਮੇਸ਼ਰ ਨੂੰ ਮਿਲਣ ਵਾਲੀ ਸ਼ਾਂਤੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਸੋ ਅਸੀਂ ਜਿਹੜੀ ਸ਼ਰਨ ਦੇ ਵਿੱਚ ਆਇਆ ਕਹਿੰਦਾ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਤੇ ਹੁਣ ਕਈ ਲੋਕ ਆ ਜਿਹੜੇ ਇਸ ਪਰਮੇਸ਼ਰ ਦੇ ਕੋਲ ਆ ਕੇ ਅਨੰਦਤਾ ਸਕੂਨ ਦੇ ਵਿੱਚ ਆ ਤੇ ਕਈ ਵਿਚਾਰੇ ਉਸੇ ਤਰ੍ਹਾਂ ਬੁੜਬੜਾ ਰਹੇ ਆ ਜਿਵੇਂ ਇਸرائیਲੀ ਮਿਸਰ ਦੀ ਗੁਲਾਮੀ ਚੋਂ ਨਿਕਲ ਕੇ ਮੜਵਾਏ ਕਹਿੰਦੇ ਉੱਥੇ ਤੇ ਅਸੀਂ ਬੜਾ ਆਨੰਦ ਨਾਲ ਰਹਿੰਦੇ ਸੀਗੇ ਤੇ ਵਚਨ ਕੀ ਦੱਸਦਾ ਭਲਾ ਇਸرائیਲੀਆਂ ਦਾ ਰੋਣਾ ਪਰਮੇਸ਼ਰ ਦੇ ਕੰਨਾਂ ਤੀਕਾ ਪੜਿਆ ਤੇ ਜੇ ਤੁਸੀਂ ਇੰਨੇ ਆਨੰਦ ਨਾਲ ਰਹਿੰਦੇ ਸੀ ਜੇ ਤੁਸੀਂ ਮਾਸ ਦੀਆਂ ਤੋੜੀਆਂ ਦੇ ਕੋਲ ਬੈੰਦੇ ਸੀਗੇ ਜੇ ਤੁਹਾਨੂੰ ਸਭ ਕੁਝ ਵਧੀਆ ਵਧੀਆ ਖਾਣ ਨੂੰ ਮਿਲਦਾ ਫਿਰ ਤਰਲੇ ਕਾਲੀ ਪਾਉਂਦੇ ਸੀ ਹੂੰ ਉਹਦੇ ਕਹਿੰਦੇ ਯਕੂਬ ਇਸਹਾਕ ਤੇ ਅਬਰਾਹਮ ਨਾਲ ਕੀਤੇ ਵਾਅਦੇ ਨੂੰ ਤੂੰ ਯਾਦ ਕਰ ਤੇ ਆਪਣੇ ਵਾਅਦੇ ਨੂੰ ਹੁਣ ਤੂੰ ਪੂਰਾ ਕਰ ਅਸੀਂ ਪਛਤਾਪ ਕਰਦੇ ਆਂ ਤੇ ਮੁਰਦੇ ਆ ਅਸੀਂ ਓਨਲੀ ਤਿਆਰ ਆ ਤੇਰੀ ਸ਼ਰਨ ਦੇ ਵਿੱਚ ਤੇ ਹੁਣ ਤੂੰ ਆਪਣੇ ਵੱਲੋਂ ਆਪਣੇ ਕੰਮ ਨੂੰ ਪੂਰਾ ਕਰ ਤੇ ਪਰਮੇਸ਼ਰ ਮੂਸਾ ਦਾ ਚਨਾਵ ਕਰਕੇ ਉਹਨਾਂ ਨੂੰ ਉੱਥੇ ਛਡਾਉਣ ਦੇ ਲਈ ਭੇਜ ਦਿੰਦਾ ਸੋ ਸ਼ਰਨ ਦੇ ਵਿੱਚ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਉਹਦੀਆਂ ਕੁਆਲਿਟੀਆਂ ਨੂੰ ਚੰਗੀ ਤਰ੍ਹਾਂ ਜਾਣ ਲਈਏ ਪੜਦੇ ਆ ਗਿਣਤੀ 23 ਦੀ 19 ਈਸ਼ਵਰ ਮਨੁੱਖੇ ਨਹੀਂ ਕਿ ਝੂਠ ਬੋਲੇ ਪਹਿਲਾਂ ਸੀ ਇਹਦੀ ਕੁਆਲਿਟੀ ਪੜੀ ਹੈ ਕਿ ਉਹ ਬਦਲਦਾ ਨਹੀਂ ਹੈ ਉਹ ਬਦਲਦਾ ਨਹੀਂ ਹੈ ਤੇ ਕਹਿੰਦਾ ਜੇ ਮੈਂ ਬਦਲਦਾ ਹਾਂ ਤਾਂ ਫੇਸ ਰੈਲੀ ਹੋ ਤੁਸੀਂ ਨਾਸ਼ ਹੋ ਜਾਂਦੇ ਤੁਹਾਡਾ ਸਲਾਮਤ ਰਹਿਣਾ ਇਸ ਚੀਜ਼ ਦਾ ਸਬੂਤ ਹੈ ਕਿ ਮੈਂ ਬਦਲਦਾ ਨਹੀਂ ਹੈ ਦੂਸਰੀ ਕੁਆਲਟੀ ਈਸ਼ਵਰ ਮਨੁੱਖ ਨਹੀਂ ਹੈ ਅਸੀਂ ਉਹਨੇ ਸੁਣਿਆ ਮਨੁੱਖ ਬਦਲ ਸਕਦਾ ਮੈਂ ਤੁਹਾਡੇ ਨਾਲ ਕੋਈ ਪ੍ਰੋਮਿਸ ਕੀਤਾ ਉਸ ਵਾਰ ਮੈਂ ਦੇਖਿਆ ਕਿ ਨਹੀਂ ਮੈਂ ਇਹਦੀ ਹੈਲਪ ਕਰਾਂਗਾ ਉਹਨਾਂ ਚੰਗਾ ਹੈਗਾ ਮੈਂ ਆਪਣਾ ਪਹਿਲਾਂ ਸੂਤ ਲਾ ਲਵਾਂ ਮੈਂ ਸਵੇਰੇ ਤੁਹਾਨੂੰ ਕਿਹਾ ਸ਼ਾਮ ਨੂੰ ਤੁਸੀਂ ਮੈਨੂੰ ਫੋਨ ਕੀਤਾ ਹਾਂ ਜੀ ਤੁਸੀਂ ਪ੍ਰੋਮਿਸ ਕੀਤਾ ਸੀਗਾ ਤੇ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਕੀ ਕਰਨਾ ਭਲਾ ਬਦਲ ਜਾਣਾ ਤੇ ਬਹਾਨਾ ਵੀ ਮੈਂ ਇਦਾਂ ਦਾ ਲਾਉਣਾ ਵੀ ਮੈਂ ਆਪਣੀ ਤਸੱਲੀ ਲਈ ਤੇ ਤੁਹਾਨੂੰ ਕਹਿ ਦੇਣਾ ਪਰ ਇਹ ਪੱਕੀ ਗੱਲ ਹੈ ਜਿੱਦਾਂ ਤੁਹਾਡੀ ਗੱਲ ਸੁਣ ਕੇ ਮੈਨੂੰ ਤਸੱਲੀ ਨਹੀਂ ਹੁੰਦੀ ਉਦਾਂ ਤੁਹਾਨੂੰ ਵੀ ਮੇਰੀ ਗੱਲ ਸੁਣ ਕੇ ਤਸੱਲੀ ਹੋਣੀ ਨਹੀਂ ਤੇ ਪਤਾ ਲੱਗ ਜਾਂਦਾ ਸਾਹਮਣੇ ਵਾਲੇ ਬੰਦੇ ਨੇ ਮੁੱਕਰ ਗਿਆ ਆ ਇਹ ਆਪਣੇ ਵਾਅਦੇ ਤੋਂ ਕੀ ਹੋਇਆ ਭਲਾ ਮੁੱਕਰ ਗਿਆ ਆ ਲੇਕਿਨ ਜੇਸ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਉਣ ਦੇ ਲਈ ਵਚਨ ਸਾਨੂੰ ਸਿਖਾਉਂਦਾ ਉਹ ਵਚਨ ਦੱਸਦਾ ਆ ਵੀ ਉਹਦੀ ਸ਼ਰਨ ਦੇ ਵਿੱਚ ਆਉਣਾ ਉੱਤਮ ਆ ਮਨੁੱਖ ਦੇ ਉੱਤੇ ਭਰੋਸਾ ਰੱਖਣ ਦੇ ਨਾਲੋਂ ਕਿਉਂ ਕਿ ਈਸ਼ਵਰ ਮਨੁਸ਼ੇ ਨਹੀਂ ਕਿ ਝੂਠ ਬੋਲੇ ਪਹਿਲੀ ਗੱਲ ਕੀ ਹੈ ਭਲਾ ਇਹ ਮਨੁੱਖ ਨਹੀਂ ਆ ਜਿਹੜਾ ਝੂਠ ਬੋਲੇ ਅਸੀਂ ਤੇ ਥਾਂ ਥਾਂ ਦੇ ਉੱਤੇ ਬਾਰ-ਬਾਰ ਝੂਠ ਬੋਲ ਜਾਂਦੇ ਆ ਲੇਕਿਨ ਪਰਮੇਸ਼ਵਰ ਦੀ ਕੀ ਕੁਆਲਟੀ ਆ ਉਹ ਮਨੁੱਖ ਵਾਂਗੂ ਝੂਠ ਬੋਲਦਾ ਨਹੀਂ ਜੇ ਉਹ ਵੀ ਝੂਠ ਬੋਲੇ ਤੇ ਮਨੁੱਖ ਦੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਫੜਕ ਨਹੀਂ ਹੈ ਤੇ ਫਿਰ ਉਹਦੀ ਸ਼ਰਨ ਦੇ ਵਿੱਚ ਜਾਣ ਦਾ ਵੀ ਕੋਈ ਫਾਇਦਾ ਨਹੀਂ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਆ ਅਸੀਂ ਝੂਠ ਬੋਲਣ ਵਾਲੇ ਦੀ ਸ਼ਰਨ 'ਚ ਨਹੀਂ ਬਲਕਿ ਉਹਦੀ ਸ਼ਰਨ 'ਚ ਜਾ ਰਹੇ ਆ ਜਿਹਦਾ ਨਾਮ ਹੀ ਸੱਚ ਹੈ ਹallelujah ਹallelujah ਕਿਹri ਸ਼ਰਨ 'ਚ ਆਏ ਆ ਜਿਹਦਾ ਨਾਮ ਹੀ ਸੱਚ ਆ ਔਰ ਨਾਅ ਹੈ ਆਦਮੀ ਹੈ ਕਿ ਆਪਣੀ ਇੱਛਾ ਬਦਲੇ ਇਹ ਕਦੇ ਵੀ ਆਪਣੀ ਇੱਛਾ ਨੂੰ ਵੀ ਬਦਲਦਾ ਨਹੀਂ ਇਨਸਾਨ ਦੀਆਂ ਇਛਾਵਾਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਪਰਮੇਸ਼ਵਰ ਦੀ ਇੱਛਾ ਕਦੇ ਬਦਲਦੀ ਨਹੀਂ ਹੈ ਔਰ ਜੋ ਕੁਝ ਉਸਨੇ ਕਿਹਾ ਉਸੇ ਨਾ ਕਰੇ ਇਹ ਕਦੇ ਵੀ ਹੋ ਸਕਦਾ ਨਹੀਂ ਯਕੂਬ ਦਾ ਕੀ ਪ੍ਰੋਮਿਸ ਕੀਤਾ ਨੇ ਕਹਿੰਦਾ ਵੀ ਜਿੰਨੇ ਵੀ ਸਫਰ ਤੇਰਾ ਹੈਗਾ ਆ ਉਹਦੇ ਵਿੱਚ ਮੈਂ ਤੇਰੇ ਅੰਗ ਸੰਗ ਰਵਾਂਗਾ ਜੋ ਜੋ ਵਾਅਦਾ ਮੈਂ ਤੇਰੇ ਨਾਲ ਕੀਤਾ ਉਹਨੂੰ ਪੂਰਾ ਕਰਾਂਗਾ ਜਿੰਨੀ ਦੇਰ ਤੱਕ ਮੈਂ ਇਹ ਸਭ ਕੁਝ ਪੂਰਾ ਨਾ ਕਰ ਲਵਾਂ ਨਾ ਮੈਂ ਤੈਨੂੰ ਛੱਡਾਂਗਾ ਤੇ ਨਾ ਤੈਨੂੰ ਤਿਆਗਾਂਗਾ ਹallelujah ਇਸ ਲਈ ਲਿਖਿਆ ਔਰ ਜੋ ਕੁਝ ਉਸਨੇ ਕਹਾ ਉਸੇ ਨਾ ਕਰੇ ਇਹ ਤੇ ਹੋ ਹੀ ਸਕਦਾ ਨਹੀਂ ਇਹ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਔਰ ਵਚਨ ਦੇ ਕੇ ਉਸੇ ਪੂਰਾ ਨਾ ਕਰੇ ਇਹ ਮਤਲਬ ਹੀ ਪੈਦਾ ਅਸੀਂ ਤੇ ਵਚਨ ਦਿੰਨੇ ਆ ਤੇ ਫੇ ਮੁਕਰ ਜਾਂਦੇ ਆ ਲੇਕਿਨ ਪਰਮੇਸ਼ਵਰ ਦੀ ਕੁਆਲਿਟੀ ਨਹੀਂ ਆ ਇਸ ਲਈ ਵਚਨ ਦੱਸਦਾ ਆ ਮਨੁੱਖ ਦੇ ਉੱਤੇ ਭਰੋਸਾ ਰੱਖਣ ਦੇ ਨਾਲੋ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਉਣਾ ਭਲਾਇਆ ਪਰਮੇਸ਼ਵਰ ਦੇ ਸ਼ਰਨ ਵਿੱਚ ਆਉਣਾ ਉੱਤਮ ਗੱਲ ਹੈ। ਵਿਲਾਪ ਗੀਤ 3 ਬਾਈ ਦੇ ਵਿੱਚ ਵੀ ਅਸੀਂ ਪਰਮੇਸ਼ਵਰ ਦੀ ਕੁਆਲਿਟੀ ਨੂੰ ਦੇਖਦੇ ਹਾਂ। ਹਮ ਮਿਟ ਨਹੀਂ ਗਏ। ਬਚਨ ਕੀ ਦੱਸਦਾ ਅਸੀਂ ਮਿਟ ਨਹੀਂ ਗਏ। ਅਸੀਂ ਖਤਮ ਨਹੀਂ ਹੋਏ। ਹਮ ਮਿਟ ਨਹੀਂ ਗਏ। ਇਹ ਪਰਮੇਸ਼ਵਰ ਕੀ ਮਹਾ ਕਰੁਣਾ ਹੈ। ਹਾਲੇਲੂਇਆ। ਕੀ ਹੈ ਭਲਾ? ਇਹ ਪਰਮੇਸ਼ਵਰ ਦੀ ਮਹਾ ਕਰਨਾ ਦਾ ਫਾਲਿਆ ਕਿ ਅਸੀਂ ਮਿਟ ਨਹੀਂ ਗਏ। ਅਦਰਵਾਈਜ਼ ਜੇ ਜਿਹੀਏ ਸਾਡੀ ਕਿਸੇ ਕੁਆਲਿਟੀ ਦਾ ਕਰਕੇ ਅਸੀਂ ਕਾਇਮ ਆ ਤੇ ਫਿਰ ਸਾਡੇ ਤੋਂ ਬਾਅਦ ਨਸੀਬ ਕੋਈ ਨਹੀਂ ਆ ਸਾਡੇ ਵਿੱਚ ਕੋਈ ਵੀ ਖੂਬੀ ਕੋਈ ਵੀ ਲਿਆਕਤ ਨਹੀਂ ਲਿਆਕਤ ਨਹੀਂ ਆ ਤੇ ਜਿੱਦਾਂ ਦਾ ਸਾਡਾ ਹਸ਼ਰ ਆ ਪਰਮੇਸ਼ਵਰ ਨਿਆਇਆ ਭਸਮ ਕਰਨ ਵਾਲੀ ਆਗਿਆ ਚਾਹੀਦਾ ਤੇ ਏਸੇ ਵੀ ਸਾਨੂੰ ਨਾਸ਼ ਕਰ ਦੇਵੇ ਲੇਕਿਨ ਅਸੀਂ ਨਾਸ਼ ਕਿਉਂ ਨਹੀਂ ਹੋਏ ਇਹ ਉਹਦੀ ਮਹਾਕਰਨਾ ਦਾ ਫਾਲਿਆ ਇਹਨੂੰ ਆਪਣੀ ਅਸੀਂ ਖੂਬੀ ਸਮਝੀਏ ਅਸੀਂ ਅਸੀਂ ਜਦੋਂ ਤੇ ਸਾਨੂੰ ਮਿਲਦੀ ਕਾਮਯਾਬੀ ਉਦੋਂ ਤੇ ਅਸੀਂ ਕਹਿੰਦੇ ਮੈਂ ਇਦਾਂ ਸੀ ਮੇਰਾ ਇਦਾਂ ਦਾ ਦਿਮਾਗ ਸੀ ਮੇਰੇ ਚ ਇਹ ਕਰਨ ਦੀ ਤਾਕਤ ਸੀ ਮੈਂ ਇਹਨੂੰ ਕਰ ਸਕਦਾ ਸੀ ਉਦੋਂ ਸਾਡੇ ਸ਼ਬਦ ਇਹ ਹੁੰਦੇ ਆ ਤੇ ਜਦੋਂ ਨਹੀਂ ਹੋਇਆ ਉਦੋਂ ਇੱਕੋ ਗੱਲ ਚ ਨਿਬੇੜ ਦਿੰਦੇ ਆ ਪਰਮੇਸ਼ਵਰ ਦੀ ਸ਼ਾਇਦ ਇਹ ਇੱਛਾ ਸੀ ਜੀ ਹੁਣ ਇਹ ਕਹਣਾ ਮੈਂ ਬੇਅਕਲ ਸੀ ਮੇਰੇ ਵਿੱਚ ਤਾਕਤ ਹੰਨੀ ਸੀ ਮੈਂ ਕੁਝ ਵੀ ਕਰਨ ਜੋਗਾ ਹੈ ਹੀ ਨਹੀਂ ਅੱਜ ਤੱਕ ਜੋ ਕੁਝ ਹੋਇਆ ਉਹਨੇ ਕਰਾ ਲਿਆ ਇਹ ਉਹਦੀ ਮਹਿਮਾਇਆ ਮੈਂ ਕਿਸੇ ਵੀ ਕੰਮ ਦਾ ਉਦੋਂ ਨਹੀਂ ਕਹਿੰਦੇ ਅਕਈਆਂ ਨੇ ਦੇਖਿਆ ਮੈਸੇਜ ਵਿਜਾ ਲੈਣ ਜਾਂਦੇ ਆ ਜੇ ਤੇ ਵਿਜਾ ਹੋ ਗਿਆ ਉਹਨਾਂ ਨੇ ਤਾਂ ਪੁੱਛ ਆਪ ਮੈਂ ਇਦਾਂ ਆ ਆ ਮਤਲਬ ਮੈਂ ਉਹਨੂੰ ਗਾਲੀ ਨਹੀਂ ਕੰਨ ਦਿੱਤੀ ਜਦੋਂ ਮਿਲ ਜਾਂਦਾ ਤੇ ਜੇ ਨਹੀਂ ਮਿਲਦਾ ਸ਼ਾਇਦ ਇਹ ਪ੍ਰਭੂ ਦੀ ਮਰਜ਼ੀ ਨੇ ਸੀ ਜੇ ਇਹ ਪ੍ਰਭੂ ਦੀ ਮਰਜ਼ੀ ਤੇ ਕੋਈ ਨਾ ਪੁੱਛ ਕੇ ਗਿਆ ਪ੍ਰਭੂ ਦੀ ਮਰਜ਼ੀ ਤੇ ਤੇ ਅਸੀਂ ਉਹਦਾ ਛੱਡੀ ਹੈ ਨਾ ਜਦੋਂ ਅਸੀਂ ਉਹਨੂੰ ਪੁੱਛ ਕੇ ਗਏ ਹੋਈਏ ਉਹਨੂੰ ਪੁੱਛਿਆ ਪ੍ਰਭੂ ਮੈਂ ਜਾਵਾਂ ਤੇ ਉਹ ਕਹਵੇ ਜਾ ਫਿਰ ਤੇ ਕੰਮ ਹੋਵੇ ਸਫਲ ਫਿਰ ਤੇ ਇੱਛਾ ਹੋਵੇ ਉਹਦੀ ਪੂਰੀ ਤੇ ਜੇ ਪ੍ਰਭੂ ਭੇਜੇ ਤੇ ਨਾ ਵੀ ਹੋਵੇ ਤਾਂ ਆਮੀ ਉਹਦੀ ਕੋਈ ਗੱਲ ਨਹੀਂ ਫਿਰ ਅਸੀਂ ਕਹਿ ਸਕਦੇ ਆ ਉਹਦੀ ਮਰਜ਼ੀ ਆ ਉਹਨੇ ਆਪਣੀ ਮਰਜ਼ੀ ਨਾਲ ਭੇਜਿਆ ਸੀ ਉਹਨੇ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਯਹੋਨਾ ਨੇ ਭੇਜਿਆ ਨੇ ਕਹਿੰਦਾ ਜਾ ਨੀਨਵਾ ਸ਼ਹਿਰ ਦੇ ਵਿਰੁੱਧ ਗੱਲ ਕਰ ਨੀਨਵਾ ਸ਼ਹਿਰ ਦੇ ਲੋਕਾਂ ਨੇ ਪਛਤਾਪ ਕਰਕੇ ਤੇ ਭੁੰਜੇ ਆ ਕੇ ਬਹਿ ਗਏ ਪਰਮੇਸ਼ੂ ਨੇ ਉਹਨਾਂ ਦੇ ਪਛਤਾਪ ਨੂੰ ਕਬੂਲ ਕੀਤਾ ਤੇ ਉਹਨੂੰ ਕਹਿੰਦਾ ਵੀ ਮੈਂ ਆਪਣਾ ਇਰਾਦਾ ਬਦਲ ਲਿਆ ਹੁਣ ਕਈ ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਕਹਿ ਦਿੰਦੇ ਆ ਵੀ ਤੁਸੀਂ ਤੇ ਕਹਿੰਦੇ ਪਰਮੇਸ਼ਰ ਬਦਲਦਾ ਨਹੀਂ ਤੇ ਨੀਨਵਾ ਸ਼ਹਿਰ ਦੇ ਵਿਰੁੱਧ ਕਹਿ ਕੇ ਤੇ ਬਦਲ ਗਿਆ ਪਰਮੇਸ਼ਰ ਬਦਲਿਆ ਨਹੀਂ ਇਹੇ ਤੇ ਉਹਦੀ ਮਹਾਕਰਨਾ ਆ ਹallelujah ਕੀ ਲਿਖਿਆ ਬਲਾ ਬਚਨ ਦੇ ਵਿੱਚ ਅਸੀਂ ਉਹਨੇ ਕੀ ਪੜਿਆ ਆ ਅਸੀਂ ਮਿਟ ਨਹੀਂ ਗਏ ਕਿਉਂ ਬਲਾ ਇਹ ਉਹਦੀ ਕਰਨਾ ਦਾ ਫਾਲਿਆ ਅਦਰਵਾਇਜ਼ ਸਾਡੇ ਚ ਕੋਈ ਖੂਬੀ ਲਿਆ ਕੇ ਤੇ ਨਹੀਂ ਆ ਜੇ ਉਹਨੇ ਨੀਨਵਾ ਨੂੰ ਬਖਸ਼ ਦਿੱਤਾ ਇਹ ਉਹਦੀ ਮਹਾਕਰਨਾ ਦਾ ਫਾਲਿਆ ਉਹ ਬਦਲਿਆ ਨਹੀਂ ਆ ਕਿਉਂ ਕਿਉਂਕਿ ਉਹਦੇ ਇੰਤਜ਼ਾਮ ਦੇ ਵਿੱਚ ਲਿਖਿਆ ਹੋਇਆ ਅਗਰ ਕੋਈ ਗੁਨੇਗਾਰ ਆਪਣੇ ਗੁਨਾ ਨੂੰ ਮੰਨ ਕੇ ਵਾਪਸ ਆਨ ਦਾ ਪਰਨ ਲੈ ਲਵੇ ਤੇ ਮੈਂ ਉਹਨੂੰ ਮਾਫ ਕਰਾਂਗਾ ਇਹ ਉਹਦੇ ਨਿਯਮ ਦੇ ਵਿੱਚ ਆ ਉਹਨਾਂ ਨੇ ਉਹਦੇ ਉਸ ਨਿਯਮ ਨੂੰ ਪੂਰਾ ਕੀਤਾ ਆ ਇਸ ਲਈ ਤੁਸੀਂ ਇਹ ਨਹੀਂ ਕਹਿ ਸਕਦੇ ਪਰਮੇਸ਼ਰ ਕਹਿ ਕੇ ਮੁਕਰ ਗਿਆ ਜਾਂ ਪਰਮੇਸ਼ਰ ਬਦਲ ਗਿਆ ਬਲਕਿ ਉਹਦੀ ਵਿਵਸਥਾ ਦੇ ਅਨੁਸਾਰ ਉਹ ਕੰਮ ਕਰਦਾ ਆ ਤੇ ਵਚਨ ਤੋਂ ਇੱਧਰ ਉੱਧਰ ਹੁੰਦਾ ਨਹੀਂ ਆ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਹਮੇਸ਼ਾ बनਿਆ ਰਹਿੰਦਾ ਆ ਇਸ ਲਈ वचन ਦੇ ਬਾਰੇ ਚ ਲਿਖਿਆ ਪਰਮੇਸ਼ਵਰ ਨੇ वचन ਨੂੰ ਆਪਣੇ ਤੋਂ ਵੀ ਉੱਪਰਲਾ ਸਥਾਨ ਦਿੱਤਾ ਹੈ ਇਹ ਉਹਦੀ ਮਹਾਕਰਨਾ ਦਾ ਫਲ ਹੈ ਕਿ ਅਸੀਂ ਮਿਟਨੇ ਗਏ ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਆ ਉਹ ਮਹਾਕਰਨਾਮਈਆ ਜਿਹਦੀ ਸ਼ਰਨ ਦੇ ਵਿੱਚ ਅਸੀਂ ਆਏ ਆ ਕਿਉਂਕਿ ਉਸकी दया अमर ਹੈ ਕੀ ਬਲਾ दया दया ਕੀ ਬਲਾ ਉਹਦੀ दया अमर ਅਮਰ ਦਾ ਮਤਲਬ ਕੀ ਹੁੰਦਾ ਭਲਾ ਕਹਿੰਦੇ ਫਲਾਣੇ ਨੂੰ ਵਰਦਾਨ ਮਿਲਿਆ ਹੁਣ ਅਮਰ ਰਹੂਗਾ ਅਮਰ ਦਾ ਪਤਨ ਹੁਣ ਕਦੀ ਮਰੂਗਾ ਨਹੀਂ ਉਹਨੇ ਹਮੇਸ਼ਾ ਤੱਕ ਜਿਉਂਦਾ ਹੀ ਰਹੂਗਾ ਜੀ ਤੇ ਉਹਦੀ ਦਇਆ ਉਹ ਉਸ ਅਮਰ ਨੂੰ ਦਿਖਾਉਂਦੀ ਹੈ ਜਿਹੜੀ ਕਦੇ ਖਤਮ ਹੋਣ ਵਾਲੀ ਨਹੀਂ ਪਰ ਹੁਣ ਉਹਦੀ ਦਇਆ ਹੁੰਦੀ ਕਿਹਨਾਂ ਤੇ ਹੈ ਵਚਨ ਇਹ ਵੀ ਦੱਸਦਾ ਸਾਨੂੰ ਜਿਹੜੇ ਉਹਦਾ ਡਰ ਮੰਨਦੇ ਆ ਉਹਨਾਂ ਉੱਤੇ ਉਹਦੀ ਦਇਆ ਹਮੇਸ਼ਾ ਬਣੀ ਰਹਿੰਦੀ ਹੈ ਹallelujah ਜਿਹੜੇ ਡਰ ਮੰਨਦੇ ਹੋ ਨਾ ਤੇ ਬਣੀ ਰਹਿੰਦੀ ਹੈ ਹਾਂਜੀ ਤੇ ਜੱਖਾਂ ਦਿਖਾਵੇ ਠੀਕ ਹੈ ਫਿਰ ਜੇ ਤੌਣ ਚ ਸਰੀ ਆਵੇ ਫਿਰ ਫਿਰ ਨਹੀਂ ਆ ਨਿਕਲੇ ਨਾ ਸਰੀ ਇਹ ਹੁਣ ਪੂਰੇ ਪੰਜਾਬ ਦੇ ਨਹੀਂ ਕਹਿੰਦੇ ਨਹੀਂ ਅਸੀਂ ਕਿਸੇ ਨੂੰ ਬੰਦਾ ਕਰਕੇ ਜਾਣ ਦੇ ਨਹੀਂ ਕਹਿੰਦੇ ਹੁਣ ਮੰਨਣ ਕਰਾਂਗੇ ਹੁਣ ਕਹਿੰਦੇ ਅਸੀਂ ਵਰਕਰਾਂ ਦੇ ਨਾਲ ਮੀਟਿੰਗਾਂ ਕਰਾਂਗੇ ਪਹਿਲਾਂ ਵਰਕਰ ਨੂੰ ਪੁੱਛ ਦੇ ਪੁੱਛ ਦੇ ਨਹੀਂ ਸੀ ਜਦੋਂ ਪਰਮੇਸ਼ਰ ਨੇ ਧੌਣ ਚ ਸਰੀਆਂ ਕੱਢਿਆ ਤੇ ਹੁਣ ਬੰਦੇ ਦੇ ਪੁੱਤਰ ਬਣ ਗਏ ਐਸੀ ਹਨੇਰੀ ਲਿਆਂਦੀ ਤਿੰਨ ਸੀਆਂ ਵਿੱਚ ਡਰਾ ਹਰਾਤੇ ਇੱਕੋ ਲੈਰ ਦੇ ਵਿੱਚ ਕੈਪਟਨ ਵੀ ਗਿਆ ਬਾਦਲ ਵੀ ਗਿਆ ਤੇ ਚੰਨੀ ਸਾਹਿਬ ਵੀ ਗਿਆ ਤੇ ਉਹਨਾਂ ਨੇ ਹਰਾਇਆ ਜਿਹੜਾ ਕੋਈ ਵਿਚਾਰਾ ਪੈਂਜਰ ਲਾਉਣ ਵਾਲਾ ਕੋਈ ਝਾੜੀ ਦਾ ਲਾਉਣ ਵਾਲਾ ਇਹ ਵੀ ਨੇ ਵੀ ਰਾਜਿਆਂ ਨੂੰ ਮਹਾਰਾਜਿਆਂ ਨੇ ਹਰਾਇਆ ਹਰਾਇਆ ਵੀ ਕਿਹਨਾਂ ਨੇ ਭਲਾ ਇਹ ਪਰਮੇਸ਼ਰ ਦਾ ਵਚਨ ਆ ਕਹਿੰਦਾ ਮੇਰੀ ਮਰਜ਼ੀ ਆ ਐਵੇਂ ਕਿਤੇ ਰਾਜ ਹੱਥੇ ਚ ਰੱਖ ਕੇ ਕਮਾਂਡ ਦੇ ਨਾਲ ਆ ਜੇ ਮੈਂ ਯਹੋਵਾ ਪਰਮੇਸ਼ਰ ਜਿੰਨੂੰ ਚਾਹੁੰਦਾ ਆ ਉਹਨੂੰ ਉਹਨੂੰ ਦਿੰਦਾ ਇਹ ਤੇ ਮੇਰੀ ਮਹਾ ਕਰਨਾ ਆ ਇਹਦੇ ਚ ਆਪਣੀ ਕੋ ਖੂਬੀ ਕੋ ਲਿਆਕਤ ਲਿਆਕਤ ਨਾ ਸਮਝੋ ਤੁਸੀਂ ਸਿਰਫ ਇੱਕੋ ਹੀ ਗੱਲ ਕਰੋ ਹਰ ਗੱਲ ਦੇ ਵਿੱਚ ਪਰਮੇਸ਼ਰ ਦਾ ਧੰਨਵਾਦ ਕਰੋ ਜੋ ਕੁਝ ਵੀ ਉਹਨੇ ਬਖਸ਼ ਦਿੱਤਾ ਉਹਦੇ ਲਈ ਸਾਡੇ ਕੋਲ ਸਿਰਫ ਉਹਦਾ ਧੰਨਵਾਦ ਹੈ ਇਸ ਤੋਂ ਉੱਪਰ ਕੋਈ ਗੱਲ ਨਹੀਂ 26 ਆਇਤ ਵਿੱਚ ਲਿਖਿਆ ਵਿਲਾਪ ਗੀਤ 3 ਦੇ 26 ਵਿੱਚ ਯਹੋਵਾ ਸੇ ਉਧਾਰ ਪਾਣੇ ਕੀ ਆਸ਼ਾ ਰੱਖ ਕੇ ਚੁੱਪ ਚਾਪ ਰਹਿਣਾ ਬਲਾ ਹੈ ਹਾਲੇਲੂਇਆ ਕੀ ਰਣਾ ਬਲਬਲਾ ਜੇ ਉਹਨੇ ਸਾਨੂੰ ਆਪਣੀ ਨਜ਼ਾਤ ਦੇ ਦਿੱਤੀ ਆ ਤੇ ਫਿਰ ਸਾਡਾ ਇੱਕੋ ਹੀ ਕੰਮ ਹੈ ਵੀ ਅਸੀਂ ਚੁੱਪ ਚਾਪ ਰਹੀਏ ਜੀ ਜਿਆਦਾ ਬੁੜਬੜਾਈਏ ਜਿਆਦਾ ਇਸرائیਲੀਆਂ ਵਾਂਗੂ ਆਪਣੇ ਆਪ ਨੂੰ ਚਾਤਰ ਕਰਕੇ ਉਹਦੇ ਅੱਗੇ ਲਿਆਉਣ ਦੀ ਕੋਸ਼ਿਸ਼ ਨਾ ਕਰੀਏ ਬਲਕਿ ਚੁੱਪਚਾਪ ਰਹੀਏ ਇਸੇ ਚੁੱਪੀ ਦਾ ਕਹਿ ਸੀ ਨਾ ਜਦੋਂ ਸਮੁੰਦਰ ਨੂੰ ਦੋ ਹਿੱਸੇ ਕੀਤਾ ਕਹਿੰਦਾ ਵੀ ਜੋ ਇਸرائیਲੀਆਂ ਨੂੰ ਦੱਸ ਵੀ ਇਹ ਕੋਈ ਕੰਮ ਨਹੀਂ ਹੈ ਐਡਾ ਵੱਡਾ ਜਿਹੜਾ ਤੁਸੀਂ ਪਰੇਸ਼ਾਨ ਹੋ ਗਏ ਤੁਸੀਂ ਤੇ ਬਸ ਚੁੱਪਚਾਪ ਖੜੇ ਰੋ ਤੇ ਪਰਮੇਸ਼ਵਰ ਦੀ ਉਸ ਕੁਦਰਤ ਨੂੰ ਦੇਖੋਗੇ ਤੁਸੀਂ ਆਪਣੀ ਅੱਖਾਂ ਦੇ ਨਾਲ ਸੋ ਜਿਆਦਾ ਬੁੜਬੜਾਉਣ ਵਾਲਿਆਂ ਉੱਤੇ ਵੀ ਉਹਦੀ ਕੋਈ ਕੁਦਰਤ ਜਿਆਦਾ ਜ਼ਾਹਰ ਨਹੀਂ ਹੁੰਦੀ ਕਹਿੰਦੇ ਕਹਿੰਦੇ ਨੇ ਜੋ ਉੱਤੇ ਬਹੁਤ ਬੜ ਬਣਾਉਂਦੇ ਹੁੰਦਾ ਤੇ ਬਹੁਤ ਜ਼ਿਆਦਾ ਕੰਮ ਹੁੰਦਾ ਆ ਉਹਦੇ ਬਾਰੇ ਅਸੀਂ ਬਹੁਤ ਵਾਰੀ ਸਿੱਖ ਚੁੱਕੇ ਆ ਕਿ ਪਰਮੇਸ਼ਰ ਇਹੋ ਜੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਰੂਹ ਦੇ ਹਵਾਲੇ ਕਰ ਦਿੰਦਾ ਆ ਕਹਿੰਦੇ ਹਵਾਲੇ ਗੁੰਮਰਾਹ ਗੁੰਮਰਾਹ ਕਰਨ ਵਾਲੇ ਗੁੰਮਰਾਹ ਕਰਨ ਵਾਲੇ ਰੂਹ ਦੇ ਹਵਾਲੇ ਜਿਹਦਾ ਕੰਮ ਇਹ ਆ ਕਿ ਇਨਸਾਨ ਨੂੰ ਭਰਮ ਦੇ ਵਿੱਚ ਪਾਈ ਰੱਖੇ ਔਰ ਇਹ ਰੂਹ ਸ਼ੈਤਾਨ ਵੱਲੋਂ ਨਹੀਂ ਬਲਕਿ ਖੁਦ ਪਰਮੇਸ਼ਰ ਭੇਜਦਾ ਆ ਔਰ ਉਸੇ ਭਰਮ ਦੇ ਵਿੱਚ ਫਿਰ ਉਹ ਲੋਕ ਨਾਸ਼ ਹੁੰਦੇ ਆ ਕਹਿੰਦੇ ਮੁਰਦੇ ਤੇ ਸਾਡੀਆਂ ਦੁਆਵਾਂ ਦੇ ਨਾਲ ਜਿਉਂਦੇ ਹੁੰਦੇ ਆ ਤੁਸੀਂ ਕਿਦਾ ਕਹਿੰਦੇ ਪਰਮੇਸ਼ਰ ਸਾਡੇ ਨਾਲ ਨਹੀਂ। ਦੁਸ਼ਟ ਆਤਮਿਆਂ ਨੂੰ ਅਸੀਂ ਡਾਂਟਦੇ ਆ ਉਹ ਨਿਕਲ ਜਾਂਦੇ ਆ। ਤੁਸੀਂ ਕਿਦਾ ਕਹਿੰਦੇ ਆ ਪਰਮੇਸ਼ਰ ਸਾਡੇ ਨਾਲ ਨਹੀਂ। ਰੋਜ਼ ਡੇਲੀ ਹਜ਼ਾਰਾਂ ਬਿਮਾਰ ਚੰਗੇ ਹੁੰਦੇ ਆ। ਤੁਸੀਂ ਕਿਦਾਂ ਕਹਿੰਦੇ ਆ ਪਰਮੇਸ਼ਰ ਸਾਡੇ ਨਾਲ ਨਹੀਂ। ਤੇ ਇਹਨਾਂ ਦੇ ਨੇ ਤੇ ਵਚਨ ਕਹਿੰਦਾ ਨਾ ਉਸ ਵਕਤ ਬਥੇਰੇ ਮੈਨੂੰ ਆਖਣਗੇ ਅਸੀਂ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ। ਬਿਮਾਰਾਂ ਨੂੰ ਚੰਗੇ ਨਹੀਂ ਕੀਤਾ ਤੇ ਕਹਿੰਦਾ ਬੇਵਕੂਫੋ ਐ ਕੋ ਕਰਮੀਓ। ਐ ਜ਼ਨਾ ਘਾਰੋ ਮੇਰੇ ਤੋਂ ਦੂਰ ਹੋ ਜਾਓ ਕਿਉਂਕਿ ਮੈਂ ਤੁਹਾਨੂੰ ਇਹ ਤੇ ਕਹਿੰਦੇ ਹਿੰਦੇ ਨੇ ਵੱਡੇ ਕੰਮ ਕੀਤੇ ਤੇ ਯਸਮਸੀ ਕੀ ਕਹਿੰਦਾ ਮੈਂ ਤੁਹਾਨੂੰ ਜਾਂਦਾ ਕਿਉਂ ਕਿ ਕਿ ਗੁੰਮਰਾਹ ਕਰਨ ਵਾਲੇ ਆਤਮਾ ਦੇ ਹਵਾਲੇ ਕੀਤੇ ਸੀ ਇਸ ਲਈ ਕੀਤੇ ਸੀ ਕਿ ਇਹਨਾਂ ਨੂੰ ਇਹੋ ਕੁਛ ਚਾਹੀਦਾ ਸੀ ਬਸ ਇਹ ਜਦੋਂ ਰੋਜ਼ਾ ਰੱਖ ਕੇ ਪ੍ਰਾਰਥਨਾ ਵਿੱਚ ਬੈੰਦੇ ਸੀ ਤੇ ਇਹਨਾਂ ਦੀ ਦੁਆ ਕੀ ਹੁੰਦੀ ਸੀ ਯਾ ਪ੍ਰਭੂ ਜਦੋਂ ਮੈਂ ਸਟੇ ਤੇ ਜਾਵਾਂ ਅੱਗ ਲੱਗ ਜਾਵੇ ਕਹਿੰਦਾ ਲੱਗੂਗੀ ਲੱਗੂਗੀ ਲੋਕਾਂ ਨੇ ਅਮਰੀਕਾ ਦੇ ਵਿਜੇ ਮੈਂ ਕਮਾਨ ਲੱਗਣ ਤੇ ਲੱਗ ਜਾਣ ਪ੍ਰਭੂ ਕਹਿੰਦਾ ਲੱਗਣਗੇ ਲੱਗਾਂਗੇ ਤੂੰ ਦੱਸ ਕੀ ਕਰਾ ਤੈਨੂੰ ਅਮਰੀਕਾ ਤੇਰੇ ਨਾਲ ਆਦਵਾ ਉਹ ਵੀ ਲੱਗ ਜਾਊਗਾ ਪਰ ਇੱਕ ਗੱਲ ਯਾਦ ਰੱਖ ਜਿੱਦਨ ਨਿਆਏ ਦਾ ਦਿਨ ਆਊਗਾ ਉਦੋਂ ਮੈਂ ਸਾਫ਼ ਕਹਿ ਦਊਗਾ ਮੈਂ ਤੈਨੂੰ ਜਾਣਦਾ ਨਹੀਂ ਨਹੀਂ ਤੈਨੂੰ ਉਸ ਦਿਨ ਪਤਾ ਲੱਗੂਗਾ ਵੀ ਤੂੰ ਕੀਤਾ ਕੀ ਸੀ ਸੋ ਸਾਡਾ ਰੋਜ਼ਾ ਪ੍ਰਾਰਥਨਾ ਰੱਖ ਕੇ ਮਤਲਬ ਕੀ ਹੈ ਪ੍ਰਭੂ ਮੇਰੀ ਨਹੀਂ ਬਲਕਿ ਤੇਰੀ ਇੱਛਾ ਹallelujah ਤੂੰ ਬੇਸ਼ੱਕ ਪੂਰੀ ਜ਼ਿੰਦਗੀ ਮੇਰੇ ਕਿਸੇ ਪ੍ਰਾਰਥਨਾ ਦੇ ਨਾਲ ਬਿਮਾਰ ਨੂੰ ਚੰਗਾ ਨਾ ਕਰੀ ਮੈਨੂੰ ਕੋਈ ਗਿਲਾ ਨਹੀਂ ਮੈਂ ਬਿਮਾਰਾਂ ਨੂੰ ਚੰਗਾ ਕਰਨ ਵਾਸਤੇ ਨਹੀਂ ਬੁਲਾਇਆ ਗਿਆ ਬਲਕਿ ਮੈਂ ਇਸ ਲਈ ਬੁਲਾਇਆ ਗਿਆ ਕਿ ਜਿਹੜਾ ਕੰਮ ਤੂੰ ਸਲੀਬ ਦੇ ਉੱਤੇ ਮੇਰੇ ਲਈ ਕੀਤਾ ਇਸ ਸੰਸਾਰ ਦੇ ਲਈ ਕੀਤਾ ਤੂੰ ਆਪਣੇ ਆਪ ਨੂੰ ਮੇਰੇ ਉੱਤੇ ਜ਼ਾਹਰ ਕੀਤਾ ਮੈਂ ਉਹਦੇ ਲਈ ਤੇਰਾ ਧੰਨਵਾਦੀ ਹਾਂ ਤੇ ਹੁਣ ਜਿਹੜਾ ਉੱਤੇ ਤੂੰ ਜ਼ਾਹਰ ਨਹੀਂ ਕੀਤਾ ਅਗਰ ਤੇਰੀ ਇੱਛਾ ਕੇ ਉਹਨਾਂ ਤੱਕ ਮੈਂ ਤੇਰੇ ਨਾਮ ਨੂੰ ਪਹੁੰਚਾਵਾਂ ਤੇ ਮੈਂ ਆਪਣੇ ਆਪ ਨੂੰ ਤੇਰੇ ਫਜ਼ਲ ਪਰੇ ਥਾਂ ਦੇ ਵਿੱਚ ਦਿੰਦਾ ਤੇ ਆਪਣੀ ਮਹਿਮਾ ਦੇ ਲਈ ਮੈਨੂੰ ਇਸਤੇਮਾਲ ਕਰ ਉਹ ਬੇਸ਼ੱਕ ਸਾਡੇ ਦੁਆਰਾ ਰੋਜ਼ ਲੋਕਾਂ ਨੂੰ ਬਿਮਾਰਾਂ ਨੂੰ ਚੰਗਾ ਕਰੇ ਰੋਜ਼ ਦੁਸ਼ਟਾਤਮਨ ਕੱਢੇ ਤੇ ਭਾਵੇਂ ساری ਉਮਰ ਨਾ ਕੱਢੇ ਸਾਨੂੰ ਕੋਈ ਗਿਲਾ ਨਹੀਂ ਨਹੀਂ ਕਿਉਂ ਕਿ ਉਹ ਕੋ ਦਾ ਦਾਸ ਅੰਤਪੂਰੂਸ਼ ਕਹਿੰਦਾ ਮੇਰੀ ਇੱਕੋ ਹੀ ਤਮੰਨਾ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਮੁਕਤੀ ਨੂੰ ਪ੍ਰਾਪਤ ਹੋ ਹallelujah ਜਿਹਦੇ ਲਈ ਉਹਨੇ ਆਪਣੀ ਜਾਨ ਦਿੱਤੀ ਹੈ ਬਿਮਾਰ ਨਾ ਵੀ ਚੰਗੇ ਹੋਣਗੇ ਸਾਡਾ ਸਵਰਗ ਦਾ ਰਸਤਾ ਰੋਕ ਨਹੀਂ ਸਕਦਾ ਲੇਕਿਨ ਵਚਨ ਕੀ ਦੱਸਦਾ ਆ ਮੈਂ ਉਸ ਵਕਤ ਕਹਿਦਾਗਾ ਮੈਂ ਤੁਹਾਨੂੰ ਜਾਣਦਾ ਨਹੀਂ ਕਿਉਂਕਿ ਤੁਸੀਂ ਇਹੋ ਕੁਝ ਚਾਹੁੰਦੇ ਸੀ ਤੇ ਮੈਂ ਤੁਹਾਨੂੰ ਦੇ ਦਿੱਤਾ ਸੋ ਕਈ ਵਾਰੀ ਅਸੀਂ ਗਲਤ ਮੰਗਦੇ ਆ ਜਦੋਂ ਉਹ ਦੋ ਭਰਾਵਾਂ ਦੀ ਮਾਂ ਨੇ ਆ ਕੇ ਕਿਹਾ ਨਾ ਇੱਕ ਮੇਰਾ ਪੁੱਤਰ ਤੇਰੇ ਸੱਜੇ ਤੇ ਇੱਕ ਤੇਰਾ ਖੱਬੇ ਬੈਠੇ ਜੇ ਪ੍ਰਭੂ ਸੁਣ ਲੈਂਦਾ ਹਾਂਜੀ ਪ੍ਰਭੂ ਦੇ ਮੂੰਹੋਂ ਐਲਾਨ ਕਰ ਦੇਣ ਲੱਗੀ ਆ ਵੀ ਇੱਕ ਮੇਰਾ ਮੁੰਡਾ ਸਵਰਗ ਵਿੱਚ ਜਾਵੇ ਤੇ ਇੱਕ ਨਰਕ ਜਾਵੇ ਕਹਿੰਦਾ ਬੀਬੀ ਤੈਨੂੰ ਪਤਾ ਨਹੀਂ ਤੂੰ ਮੰਗਦੀ ਕੀ ਹੈ ਤੇ ਇਹ ਇਦਾਂ ਦੀਆਂ ਜਦੋਂ ਕੋਈ ਗਲਤ ਚੀਜ਼ਾਂ ਮੰਗਦੇ ਨਾ ਉਸ ਵਕਤ ਤੇ ਪ੍ਰਭੂ ਨੇ ਨਹੀਂ ਕੰਮ ਕੀਤਾ ਲੇਕਿਨ ਜਦੋਂ ਫਿਰ ਰੋਜ਼ੇ ਰੱਖ ਕੇ ਜਿਹਦੇ ਕਰਦੇ ਜਿੱਦੇ ਬੱਚੇ ਹੋ ਗਏ ਫਿਰ ਕਹਿੰਦਾ ਆ ਲੈ ਫੜ ਚਾਬੀ ਤੇ ਜਾ ਹੁਣ ਐਕਸੀਡੈਂਟ ਜਦੋਂ ਹੋਇਆ ਨਾ ਉਹਦਾ ਜ਼ਿੰਮੇਵਾਰ ਵੀ ਕੌਣ ਤੂੰ ਹੀ ਹੋਵੇਂਗਾ ਕਿਉਂਕਿ ਤੂੰ ਆਪ ਚਾਬੀ ਮੰਗੀ ਸੀ ਸੋ ਜਿਹਦੀ ਸ਼ਰਮ ਵਿੱਚ ਆਇਆ ਉਹਦੀ ਖੂਬੀ ਕੀ ਆ ਉਹ ਕਹਿੰਦਾ ਤੁਸੀਂ ਚੁੱਪ ਚਾਪ ਰਹੋ ਓਨਾਂ ਕੀ ਬੋਲੋ ਜਿੰਨਾ ਕਿ ਬੱਚੇ ਤੁਹਾਨੂੰ ਇਜਾਜ਼ਤ ਦਿੰਦਾ ਹੈ ਇਸ ਤੋਂ ਜ਼ਿਆਦਾ ਸਾਨੂੰ ਦੱਸਣ ਦੀ ਜ਼ਰੂਰਤ ਪਹਿਲਾਂ ਅਸੀਂ ਬੜਾ ਲੋਕਾਂ ਨਾਲ ਬਹਿਸ ਦੇਉਂਦੇ ਕਿਸੇ ਨੇ ਕੋਈ ਗੱਲ ਕਰਨੀ ਐਵੇਂ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਸਿਰ ਖਪਾਈ ਕਰੀ ਜਾਣੀ ਹੁਣ ਰੂਹ ਇੱਕਦਮ ਦੱਸ ਦਿੰਦਾ ਇਹ ਵਿਵਾਦੀ ਆ ਇਹ ਸਿਰਫ ਵਿਵਾਦ ਕਰਨ ਆਇਆ ਆ ਇਸ ਲਈ ਇਹਨੂੰ ਇੱਕ ਦੋ ਗੱਲ ਸਮਝਾ ਕੇ ਤੇ ਇਸ ਤੋਂ ਕਿਨਾਰਾ ਕਰ ਕਿਉਂਕਿ ਇਹ ਸਿੱਖਣ ਦੇ ਰੂਹ ਲੈ ਕੇ ਆਇਆ ਨਹੀਂ ਇਹ ਤੇ ਸਿਰਫ ਤੇਰਾ ਟਾਈਮ ਖਰਾਬ ਕਰਨ ਦੇ ਲਈ ਆਇਆ ਆ ਇਹ ਜਿਹੜੇ ਦੋ ਘੰਟੇ ਇਹਦੇ ਉੱਤੇ ਲਾਉਣੇ ਨਾ ਕਿਸੇ ਦੂਸਰੀ ਰੂਹ ਤੇ ਲਾ ਜਿਹੜਾ ਬਚਣ ਵਾਲਾ ਆ ਹੁਣ ਅਸੀਂ ਅਸੀਂ ਇੱਕਦਮ ਰੂਸਾਨ ਦੱਸ ਦਿੰਦਾ ਆ ਵੀ ਇਹ ਕਿਹੜੀ ਨੀਅਤ ਦੇ ਨਾਲ ਆਇਆ ਤੇ ਫਿਰ ਅਸੀਂ ਟਾਈਮ ਖਰਾਬ ਕਰਦੇ ਨਹੀਂ ਫਿਰ ਉਹਦੇ ਉੱਤੇ ਟਾਈਮ ਖਰਾਬ ਕਰਦੇ ਨਹੀਂ ਕਿਉਂ ਕਿ ਇਹ ਜਿਹੜਾ ਕੰਮ ਆ ਜਦੋਂ ਹੈਕਰ ਬਣੀ ਨਾ ਤੇ ਦੱਸਿਆ ਕਈ ਵਾਰੀ ਪਰਮੇਸ਼ਰ ਦਾ ਹੁਕਮ ਸੀ ਤੇ ਖੜਾਕ ਨਹੀਂ ਹੋਣਾ ਚਾਹੀਦਾ ਕੀ ਟੋਣ ਦੇ ਦੇ ਪਲਾ ਖੜਾਕ ਖੜਾਕ ਨੇ ਏਡੇ ਏਡੇ ਭਾਰੇ ਪੱਥਰ ਦੇ ਉੱਤੇ ਪੱਥਰ ਰੱਖਿਆ ਜਾਂਦਾ ਸੀ ਤੇ ਆਵਾਜ਼ ਆਉਂਦੀ ਨਹੀਂ ਹੱਥ ਬੇਸ਼ੱਕ ਕਾਰੀਗਰਾਂ ਦੇ ਸੀ لیکن اوننوں پھੜ کے چرون والا کون سی یہ ਹੋਵਾ ਪਰਮੇਸ਼ਰ ਜਿਹਦੀ ਸ਼ਰਨ ਦੇ ਵਿੱਚ ਅਸੀਂ ਆਏ ਨੇ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਬਣੀਆਂ ਹਨ ਉਹ ਅੱਜ ਵੀ ਕੋਈ ਇਨਸਾਨ ਬਣਾ ਸਕਦਾ ਨਹੀਂ ਜਿਹੜਾ ਸ਼ਮਾਨਦਾਨ ਦੇ ਬਾਰੇ ਪਾਸਹਿਰੀ ਦੱਸ ਕੇ ਗਏ ਸੀ ਨਾ ਉਹਦਾ ਵਚਨ ਕੀ ਦੱਸਦਾ ਇੱਕ ਮਾਨ ਸੋਨੇ ਦੇ ਵਿੱਚੋਂ ਉਸ ਸ਼ਮਾਨਦਾਨ ਨੂੰ ਬਣਾਉਣਾ ਹੈ ਉਹਦੇ ਲਈ ਕੋਈ ਫਰਮਾ ਨਹੀਂ ਸੀ ਤੇ ਅਜੇ ਤੱਕ ਵੀ ਕੋਈ ਦੁਨੀਆ ਵਿੱਚ ਕਾਰੀਗਰ ਪੈਦਾ ਨਹੀਂ ਹੋਇਆ ਜਿਹੜਾ ਓਦਾਂ ਦਾ ਸ਼ਮਾਨਦਾਨ ਉਸ ਤਕਨੀਕ ਦੇ ਨਾਲ ਬਣਾ ਦੇਵੇ ਜਿਸ ਤਕਨੀਕ ਦੇ ਨਾਲ ਪਰਮੇਸ਼ਵਰ ਦੇ ਆਤਮਾ ਨੇ ਉਹਨਾਂ ਕਾਰੀਗਰਾਂ ਦੇ ਕੋਲੋਂ ਬਣਾਇਆ ਸੀ ਹallelujah ਇਹ ਚੈਲੰਜ ਆ ਹallelujah ਅੱਜ ਤੱਕ ਵੀ ਸਾਇੰਸ ਜਿੱਡੀ ਮਰਜ਼ੀ ਤਰੱਕੀ ਕਰ ਗਈ ਹੋਵੇ ਉਹਨਾਂ ਕੋ ਇੱਕ ਮਾਣੇ ਸੋਨੇ ਦੇ ਵਿੱਚੋਂ ਤੁਸੀਂ ਉਸ ਤਰੀਕੇ ਦੇ ਨਾਲ ਜਿੱਦਾਂ ਵਚਨ ਚ ਲਿਖਿਆ ਬਣਾਇਆ ਓਦਾਂ ਬਣਾ ਕੇ ਦਿਖਾ ਦਿਓ ਨਹੀਂ ਬਣ ਸਕਦਾ ਇਸੇ ਚੀਜ਼ ਤੋਂ ਪਰਮੇਸ਼ਵਰ ਦੀ ਕੁਦਰਤ ਜ਼ਾਹਰ ਹੋ ਜਾਂਦੀ ਆ ਇਨਸਾਨ ਦੀ ਬੁੱਧ ਤੇ ਪਰਮੇਸ਼ਰ ਦੀ ਬੁੱਧ ਚ ਜ਼ਮੀਨ ਅਸਮਾਨ ਦਾ ਫਰਕ ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਕਿਹਦੀ ਸ਼ਰਨ ਦੇ ਵਿੱਚ ਆਏ ਹallelujah 다니엘 6 2 ਵਿੱਚ ਲਿਖਿਆ ਕਿਉਂਕਿ ਜੀਵਤਾ ਔਰ ਯੁਗਾਂ ਯੁਗ ਤੱਕ ਰਹਿਣੇ ਵਾਲਾ ਪਰਮੇਸ਼ਰ ਵਹੀ ਹੈ ਉਸ ਦਾ ਰਾਜੇ ਅਵਿਨਾਸ਼ੀ ਹੈ ਔਰ ਉਸ ਦੀ ਪ੍ਰਭੂਤਾ ਸਦਾ ਸਥਿਰ ਰਹੇਗੀ ਜਿਹਦੀ ਸ਼ਰਨ ਦੇ ਵਿੱਚ ਜਾਣ ਦੇ ਲਈ ਵਚਨ ਸਾਨੂੰ ਦੱਸਦਾ ਹੈ ਯਰਮਾਇਆ 17 8 ਦੇ ਵਿੱਚ ਲਿਖਿਆ ਵਹ ਉਸ ਰੁੱਖ ਕੇ ਸਮਾਨ ਹੋਗਾ ਜੋ ਨਦੀ कि तीर पर लगा हो और उसकी जड़ जल के पास फैली हो जब धाम होगा तब उसको नाल लगेगा उसके पत्ते हरे रहेंगे और सूखे वर्ष में भी उनके विषय में कुछ चिंता ना होगी क्योंकि वह तब भी फलता रहेगा ये क्यों एदा योजा हो हाल होवेगा इसलिए होवेगा क्योंकि वचन सत्य सतारा ही लादा धन्य है वह पुरुष जो यहोवा पर भरोसा रखता है जिसने परमेश्वर को अपना आधार माना है आया वो शरण शर्णी असी ਆਇਆ ਦੂਸਰਾ ਤੇ ਮੋਸੀਹ ਦੋ 13 ਇਹ ਲਿਖਿਆ ਜੇ ਜੀ ਹਮ ਬੇਵਫਾ ਵੀ ਹੂੰ ਤੋ ਵੀ ਵਾ ਵਫਾਦਾਰ ਬਨਾ ਰਹਤਾ ਹੈ ਜਿਹੜੀ ਸ਼ਰਨ ਦੇ ਵਿੱਚ ਆਉਣ ਦੇ ਲਈ ਬਚਨ ਸਾਨੂੰ ਦੱਸਦਾ ਕਿਉਂਕਿ ਵਾ ਆਪ ਆਪਣਾ ਇਨਕਾਰ ਕਰ ਸਕਤਾ ਨਹੀਂ ਹਾਲੇਲੂਇਆ ਆਓ ਅੱਗੇ ਦੇਖਦੇ ਹਾਂ ਕਿ ਮਨੁਸ਼ੇ ਪਰ ਭਰੋਸਾ ਕਿਉਂ ਨਹੀਂ ਕਰਨਾ ਕਿਉਂ ਬਚਨ ਕਹਿੰਦਾ ਵੀ ਉਹਦੇ ਉੱਤੇ ਭਰੋਸਾ ਨਾ ਕਰ ਬਲਕੇ ਪਰਮੇਸ਼ਰ ਤੇ ਭਰੋਸਾ ਕਰ ਸਭ ਤੋਂ ਪਹਿਲੇ ਇਹ ਦੇਖਦੇ ਹਾਂ ਕਿ ਬਾਈਬਲ ਇਸ ਕੇ ਵਿਸ਼ੇ ਮੇ ਹਮੇਂ ਕਿਆ ਫਰਮਾਤੀ ਹੈ ਯਾਕੂਬ 4 14 ਔਰ ਤੁਮ ਇਹ ਨਹੀਂ ਜਾਣਦੇ ਕਿ ਕੱਲ੍ਹ ਕੀ ਹੋਗਾ ਤੁਮ ਇਹ ਨਹੀਂ ਜਾਣਦੇ ਕਿ ਕੱਲ੍ਹ ਕੀ ਹੋਗਾ ਸੁਣ ਤੋ ਲੋ ਤੁਹਾਡਾ ਜੀਵਨ ਹੈ ਹੀ ਕੀਆ ਤੁਮ ਤੋ ਮਾਨੋ ਭਾਪ ਕੇ ਸਮਾਨ ਹੋ ਜੋ ਥੋੜੀ ਦੇਰ ਦਿਖਾਈ ਦਿੱਤੀ ਹੈ ਫਿਰ ਲੋਪ ਹੋ ਜਾਂਦੀ ਹੈ ਇਹੋ ਜੇ ਮਨੁੱਖ ਉਤੇ ਅਸੀਂ ਕੀ ਭਰੋਸਾ ਕਰਾਂਗੇ ਇਸ ਦੇ ਬਚਨ ਰੱਖ ਦੱਸਦਾ ਆ ਮਨੁੱਖ ਦੇ ਉਤੇ ਭਰੋਸਾ ਕਰਨ ਦੇ ਨਾਲ ਪਰਮੇਸ਼ਵਰ ਦੀ ਸ਼ਰਨ ਦੇ ਵਿੱਚ ਆਉਣਾ ਭਲਾ ਆ ਇਹ ਭਾਪ ਦਾ ਕੀ ਪਤਾ ਕਦੋਂ ਉੜ ਜਾਣੀ ਹੈ ਹਾਂਜੀ ਹਾਂਜੀ ਪਾਵਦਾ ਕੀ ਪਤਾ ਕਦੋਂ ਉੜ ਜਾਣੇ ਆ ਤੇ ਇਹ ਜਿੰਨਾ ਮਰਜੀ ਰਤਬੇ ਵਾਲਾ ਹੋਵੇ ਇਹ ਭਾਵੇਂ ਮਹਾਸ਼ਕਤੀ ਦੇਸ਼ ਦਾ ਪ੍ਰੈਜ਼ੀਡੈਂਟ ਹੋਵੇ ਭਾਵੇਂ ਕਿੱਡਾ ਵੀ ਵੱਡਾ ਸੇਵਕ ਹੀ ਹੋਵੇ ਹਾਂਜੀ ਇਹ ਹੈਗਾ ਕੀ ਆ ਭਲਾ ਭਾਫ ਹੀ ਆ ਇਹ ਥੋੜੀ ਦੇਰ ਦਿਖਾਈ ਦੇਣ ਵਾਲਾ ਆ ਬਾਅਦ ਪਤਾ ਨਹੀਂ ਲੱਗਣਾ ਕਿੱਧਰ ਗਿਆ ਹਮ ਮੁਸੀਬਤ ਮੇਂ ਔਰ ਕਿਸੇ ਮਨੁਸ਼ੇ ਪਰ ਬਰੋਸਾ ਕਰਕੇ ਉਸੇ ਮਦਦ ਮੰਗਤੇ ਹਾਂ ਔਰ ਉਹ ਕਹਿੰਦਾ ਹੈ ਕਿ ਕੱਲ ਆ ਜਾਣਾ ਮੈਂ ਤੁਹਾਡੀ ਪਰੇਸ਼ਾਨੀ ਦੂਰ ਕਰ ਦੂੰਗਾ ਤੇ ਅਸੀਂ ਕੀ ਕਰਦੇ ਭਲਾ ਫਟਾਫਟ ਯਕੀਨ ਕਰ ਦਿੰਦੇ ਵੀ ਇੰਨੇ ਹੁਣ ਕਹਿ ਦਿੱਤਾ ਤੇ ਕੱਲ ਮੈਨੂੰ ਆਉਣਾ ਹੈ ਤੇ ਮੇਰੀ ਪਰੇਸ਼ਾਨੀ ਦੂਰ ਹੋ ਜਾਣੀ ਹੈ ਵਚਨ ਕੀ ਕਹਿੰਦਾ ਕਹਿੰਦਾ ਕੱਲ ਦੇ ਉੱਤੇ ਭਰੋਸਾ ਰੱਖੋ ਕੱਲ ਦੇ ਉੱਤੇ ਭਰੋਸਾ ਨਾ ਰੱਖ ਅਬ ਆਪਣੇ ਉਸ ਪਰ ਭਰੋਸਾ ਕੀਤਾ ਔਰ ਕੱਲ ਕੀ ਉਮੀਦ ਪਰ ਬੈਠ ਗਏ ਕੀ ਕੀਤਾ ਭਲਾ ਸੀ ਭਰੋਸਾ ਕੀਤਾ ਤੇ ਕੱਲ ਦੀ ਉਮੀਦ ਤੇ ਬੈਠ ਗਏ ਕਿਆ ਹਮੇ ਪੂਰਨ ਵਿਸ਼ਵਾਸ ਹੈ ਕਿ ਕੱਲ ਉਹ ہماری ਸਹਾਇਤਾ ਕਰੇਗਾ ਹਾਂਜੀ ਜਿਹੜਾ ਭਾਫ ਆ ਥੋੜੀ ਦੇਰ ਦਿਖਾਈ ਦੇਂਦਾ ਤੇ ਵੜ ਜਾਣਾ ਆ ਉਹਦੇ ਉੱਤੇ ਅਸੀਂ ਕਿਦੋਂ ਤੱਕ ਦਾ ਪੂਰਾ ਸਾਰਾ ਖਿਆਲ ਬਲਾ ਇਹ ਕੱਲ ਸਾਡੀ ਪਰੇਸ਼ਾਨੀ ਨੂੰ ਦੂਰ ਕਰੂਗਾ ਜਿੰਨੀ ਦੇਰ ਹਮੇ ਸਹਾਇਤਾ ਮਿਲਨੇ ਜਾਂਦੀ ਉਤਨੇ ਦੇਰ ਤੱਕ ਹਮਾਰੇ ਬੀਤਰ ਇਹਹੀ ਚੱਲ ਰਹਾ ਹੁੰਦਾ ਹੈ ਕਿ ਉਹ ہماری ਸਹਾਇਤਾ ਕਰੇਗਾ ਵੀ ਜਾਂ ਨਹੀਂ ਜਿੰਨੀ ਦੇਰ ਹੱਥ ਚ ਆ ਨਾ ਗਈ ਸਹਾਇਤਾ ਉਨੇ ਦੇਰ ਤੱਕ ਅਸੀਂ ਪਰੇਸ਼ਾਨੀ ਦੇ ਵਿੱਚ ਹੀ ਆ ਹੋਵੇਗਾ ਕਿ ਨਹੀਂ ਹੋਵੇਗਾ ਪੂਰਨ ਰੂਪ سے ਉਸ ਪਰ ਬਰੋਸਾ ਨਾ ਹੋਣ ਦੇ ਬਾਵਜੂਦ ਹਮ ਆਨੇ ਵਾਲੇ ਕੱਲ ਕੇ ਉਮੀਦ ਪਰ ਬੈਠ ਜਾਂਦੇ ਹਨ ਲੇਕਿਨ ਹਮਨੇ ਅਭੀ ਵਚਨ ਪੜਾ ਹੈ ਕਿ ਤੂੰ ਨਹੀਂ ਜਾਣਤੇ ਕਿ ਕੱਲ ਕੀ ਹੋਗਾ ਪਰਮੇਸ਼ਵਰ ਤੇ ਕੱਲ ਵੀ ਹੈ ਅੱਜ ਵੀ ਹੈ ਤੇ ਕੱਲ ਵੀ ਹੋਵੇਗਾ ਲੇਕਿਨ ਜਿਹੜਾ ਭਾਫਿਆ ਉਹ ਥੋੜੀ ਦੇ ਰਿਹਾ ਤੇ ਬਾਅਦ ਪਤਾ ਲੱਗਣਾ ਨਹੀਂ ਪਤਾ ਲੱਗਣਾ ਨਹੀਂ ਹੈ ਜਿਸ ਇਨਸਾਨ ਪਰ ਬੁਸਾ ਕਰਕੇ ਹਮ ਕੱਲ੍ਹ ਕੀ ਇੰਤਜ਼ਾਰ ਕਰ ਰਹੇ ਹਾਂ ਕਿ ਆ ਹਮੇ ਇਹ ਉਮੀਦ ਰੱਖ ਸਕਤੇ ਹਾਂ ਕਿ ਉਹ ਕੱਲ੍ਹ ਜ਼ਿੰਦਾ ਹੋਗਾ ਵੀ ਜਾਂ ਨਹੀਂ ਤੇ ਲੇਕਿਨ ਜਿਹੜੇ ਸ਼ਰ ਵਿੱਚ ਓਨਲੀ ਵਚਨ ਦੱਸਦਾ ਉਹ ਲਿਖਿਆ ਹਮੇਸ਼ਾ ਤੱਕ ਅਨਾਦੀ ਕਾਲ ਵੀ ਉਹੀ ਆ ਤੇ ਅਨੰਤ ਕਾਲੀਨ ਵੀ ਉਹੀ ਆ ਉਹੀ ਆ ਉਹ ਹਮੇਸ਼ਾ ਤੱਕ बनया रहने वाला जिरी शरण आने दे वचन सामू दसदा जी हाँ हम ये पूर्ण उम्मीद नहीं रख सकते कि वो कल तक जिंदा रहेगा क्योंकि वचन कहता है तुम नहीं जानते कि कल क्या होगा अब ध्यान करें हमने उस इंसान पर भरोसा किया जिसके विषय में वचन फरमाता है मनुष्य का जीवन है ही क्या केवल एक बाप के समान है अब हमने गलती क्या की हमने जीवते खुदा की शरण में जाने से ज़्यादा भरोसा उस पर किया जो बाप के समान है जो थोड़ी देर दिखाई देती है फिर गायब हो जाती है गायब हुई बाप को क्या कोई मनुष्य दोबारा वापस ला सकता है नहीं गायब हो होगी उन्हें ला सकते जी नहीं। उसी तरह एक बार जो मनुष्य गायब हो गया उसे भी कोई मनुष्य वापस नहीं ला सकता हमने उस पर भरोसा किया जो आज है कल नहीं होगा लेकिन एक खुदा है ਜਿਸ ਨੇ ਮਾਰੇ ਪਾਪੋਂ ਦੇ ਕਾਰਨ ਬੇਸ਼ੱਕ ਆਪਣਾ ਮੂੰਹ ਹਮਸੇ ਛਿਪਾ ਲਿਆ ਲੇਕਿਨ ਉਹ ਬਾਪ ਨਹੀਂ ਜੋ ਇੱਕ ਬਾਰ ਗਾਇਬ ਹੋਣੇ ਪਰ ਦੁਬਾਰਾ ਨਾ ਆ ਸਕੇ ਉਹਨੇ ਵਾਅਦਾ ਕੀਤਾ ਤੌਬਾ ਕਰੋ ਤੇ ਵਾਪਸ ਆ ਜਾਓ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ ਤੇ ਪਰਮੇਸ਼ਵਰ ਦੇ ਹਜ਼ੂਰੋਂ ਸੁਖ ਦੇ ਦਿਨ ਆਉਣ ਇਹ ਗਾਇਬ ਹੋਣ ਵਾਲਾ ਨਹੀਂ ਬੇਸ਼ੱਕ ਸਾਡੇ ਪਾਪਾਂ ਦੇ ਸਾਡੇ ਅਪਰਾਧਾਂ ਦੇ ਕਾਰਨ ਉਹਨੇ ਮੂੰਹ ਛਿਪਾਇਆ ਲੇਕਿਨ ਅਸੀਂ ਹੁਣ ਵੀ ਤੌਬਾ ਕਰਕੇ ਵਾਪਸ ਆਉਣ ਦੇ ਲਈ ਤਿਆਰ ਹੋਈਏ ਉਹ ਗਾਇਬ ਨਹੀਂ ਹੋਇਆ ਸਿਰਫ ਛੁਪਾਇਆ ਉਹਨੇ ਆਪਣੇ ਆਪ ਨੂੰ ਤੇ ਉਹ ਫਿਰ ਸਾਡੇ ਉੱਤੇ ਪ੍ਰਗਟ ਕਰੇਗਾ ਆਪਣੀਆਂ ਅੱਖਾਂ ਬੰਦ ਕਰਦੇ ਆ ਸਿਰਾਂ ਝੁਕਾਉਨੇ ਆ ਪਾਈਬਲ ਦੇਵ ਦੇ ਨਾਲ ਮਿਲ ਕੇ ਦੁਆ ਕਰਦੇ ਆ ਸਰਵ ਸ਼ਕਤੀਮਾਨ ਆਦਰ ਜੋ ਪਰਮੇਸ਼ੀਓ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆ ਤੇਰੇ ਦਾਸਾਂ ਦਾ ਸੰਗਤ ਦਾ ਸਕਾਰ ਚਾਉਣਾ ਤੇਰੀ ਮਿਹਰਮਾਂ ਦੇ ਕਾਰਨ ਹੋ ਕਬ ਯਿਸੂ ਤੇਰੇ ਦਾਸ ਜੋ ਤੇਰੀ ਪਵਿੱਤਰ ਬਚਨ ਚੋਂ ਪਾਠ ਰੂ ਦੇਵਸੀਲੀ ਸੰਖਿਖਾਇਆ ਕਿ ਅਸੀਂ ਸਭ ਜਾਣੇ 3 6 900 ਨੰਬਰ ਤੱਕ ਦਾ ਕਾਰਨ ਬਣੀਏ ਔਬੋਤਿਆ ਤੱਕ ਤੇਰਾ ਵਚਨ ਪਛਾਣ ਸਕੀਏ ਬਿਤਾ ਪਰਮੇਸ਼ਰ ਸਾਨੂੰ ਦਲੇਰੀ ਸਾਮਤ ਵਰਪੂਰ ਦਾ ਇਸਤੇਮਾਲ ਕਰ ਤੇਰੇ ਨਾਮ ਵਿੱਚ ਵਦਨ ਚ ਤੇ ਕੋ ਹਿੰਮਤ ਔਰ ਬਲ ਮੰਗਦੇ ਬਿਤਾ ਪਰਮੇਸ਼ਰ ਆਈ ਸੰਗਤ ਲਈ ਦਰਾ ਸ਼ੁਕਰ ਕਰਦੇ ਆਂ ਤੇਰੇ ਦਾਸਾਂ ਇਸ ਮੰਡਲੀ ਦੇ ਤੇਰਾ ਜਲਾਲ ਤੇਰਾ ਮਸਾ ਹਮੇਸ਼ਾ ਲਈ ਠਹਿਰਿਆ ਰਹੇ ਔਰ ਤੇਰੇ ਕੰਮਾਂ ਲਈ ਤੇਰੇ ਨਾਮ ਨੂੰ ਉੱਚਾ ਕਰਨ ਜਿੰਨਾ ਚ ਦਲੇਰੀ ਆਏ ਔਰ ਹਿੰਮਤ ਔਰ ਬਲ ਤੇਰੇ ਨਾਲ ਹਮੇਸ਼ਾ ਬਣੀ ਰਹੇ ਆਉਣਿਆ ਦਿਨ ਭਲੇ ਕਰੋ ਸਾਰੇ ਸਮੇਂ ਔਰ ਵਕਤ ਨੂੰ ਤੁਹਾਡੇ ਹੱਥ ਵਿੱਚ ਦੇ ਦਿਨਾ ਯੇਸ਼ੂ ਦਾ ਨਾਮ ਲੈ ਕੇ ਮੰਗੋ ਆਮੀਨ ਹੋਂ ਸਾਡੇ ਖਿਦਾਉ ਯਸਸੀ ਦਾ ਫਜਰ ਖੁਦਾਬਾਬ ਦੀ ਮੁਹਬਤ ਪਾਕ ਰੂ ਦੀ ਸੰਗਤਾਂ ਤੋ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ ਹਾ ਹਲੇਲੂਇਆ ਹਲੇਲੂਇਆ ਸਾਰਿਆਂ ਜੈਮਸੀ ਕੀ ਹਾ ਹਲੇਲੂਇਆ